ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੀਵੀਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਔਰ ਇਹ ਪ੍ਰੋਗਰਾਮ ਖਾਸ ਤੌਰ ਤੇ ਕਿਉਂਕਿ ਸੰਗਤ ਟੀਵੀਜ਼ਨ ਧਰਮ ਦੀ ਗੱਲ ਕਰਦਾ ਹੈ ਸਭਿਆਚਾਰ ਦੀ ਗੱਲ ਕਰਦਾ ਹੈ ਧਾਰਮਿਕ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ ਔਰ ਆਪਣੇ ਆਪ ਟੀਵੀਜ਼ਨ ਇੱਕ ਮੀਡੀਆ ਹੋਇਆ ਕਰਦਾ ਹੈ ਸੋ ਅੱਜ ਦਾ ਖਾਸ ਪ੍ਰੋਗਰਾਮ ਧਰਮ ਅਤੇ ਮੀਡੀਆ ਦੇ ਸਮੇਲ ਉੱਤੇ ਇਹ ਕੀਤਾ ਜਾ ਰਿਹਾ ਹੈ ਆਪਦੇ ਰੂਬਰੂ ਔਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਇੰਡੀਆ ਦਾ ਹੀ ਨਹੀਂ ਏਸ਼ੀਆ ਦਾ ਸਭ ਤੋਂ ਵੱਡਾ ਆਧਾਰਾ ਹੈ ਜੀ ਟੈਲੀਵਿਜ਼ਨ ਦੇ ਤੌਰ ਤੇ ਅੱਪਾ ਜਾਂਦੇ ਜੀ ਟੀਵੀ ਦੇ ਤੌਰ ਤੇ ਸਾਰੀ ਦੁਨੀਆ ਜਾਣਦੀ ਹੈ ਔਰ ਇਕੱਲਾ ਜੀ ਟੀਵੀ ਨਹੀਂ ਬਹੁਤ ਸਾਰੇ ਟੈਲੀਵਿਜ਼ਨ ਚੈਨਲ ਉਹਨਾਂ ਦੇ ਚੱਲਦੇ ਨੇ ਔਰ ਉਹਨਾਂ ਦੇ ਵਿੱਚੋਂ ਜੀ ਪੰਜਾਬੀ ਦੇ ਐਡੀਟਰ ਉਹਨਾਂ ਚੋਂ ਜਿਹੜੇ ਜੀ ਦੇ ਚੈਨਲ ਚੱਲਦੇ ਨੇ ਉਹ ਚ ਇੱਕ ਚੈਨਲ ਜੀ ਪੰਜਾਬੀ ਜੀ ਪੰਜਾਬੀ ਦੇ ਐਡੀਟਰ ਸਰਦਾਰ ਸੰਜੀਵੋਰਾ ਜੀ ਸਾਡੇ ਕੋਲ ਅੱਜ ਇੱਛੇ ਤੌਰ ਤੇ ਪੁੱਜੇ ਨੇ ਔਰ ਜੀ ਪੰਜਾਬੀ ਦਾ ਇਹ ਪ੍ਰੋਗਰਾਮ ਹੈ ਏਕ ਓੰਕਾਰ ਬੜਾ ਚਰਚਿਤ ਪ੍ਰੋਗਰਾਮ ਹੈ ਦੁਨੀਆ ਭਰ ਦੇ ਵਿੱਚ ਸ਼ਾਇਦ ਜਿੰਨੇ ਕੁ ਇਹ ਧਾਰਮਿਕ ਚੈਨਲ ਚੱਲਦੇ ਨੇ ਧਾਰਮਿਕ ਪ੍ਰੋਗਰਾਮ ਚੱਲਦੇ ਨੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚੋਂ ਜੇ ਸਭ ਤੋਂ ਜ਼ਿਆਦਾ ਕੋਈ ਪਪੂਲਰ ਪ੍ਰੋਗਰਾਮ ਦੇ ਤੌਰ ਤੇ ਗਿਣਿਆ ਜਾ ਸਕਦਾ ਹੈ ਇਹ ਮੇਰੀ ਆਪਣੀ ਨਿਗਾਹ ਦੇ ਵਿੱਚ ਉਹ ਏਕ ਓੰਕਾਰ ਪ੍ਰੋਗਰਾਮ ਹੈ ਤੇ ਏਕ ਓੰਕਾਰ ਪ੍ਰੋਗਰਾਮ ਦੇ ਸੰਚਾਲਕ ਸਰਦਾਰ ਗੁਰਪ੍ਰੀਤ ਸਿੰਘ ਮਨ ਹੋਣੀ ਗੁਰਪ੍ਰੀਤ ਸਿੰਘ ਜੀ ਇਕੱਲੇ ਇਹ ਸੰਚਾਲਕ ਇਸ ਪ੍ਰੋਗਰਾਮ ਦੇ ਹੀ ਨਹੀਂ ਉਹ ਇੱਕ ਐਕਟਰ ਦੇ ਤੌਰ ਤੇ ਵੀ ਦੁਨੀਆ ਭਰਤੀ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਇਹ ਫਿਚਰ ਫਿਲਮ ਸੀ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇੱਕ ਤਰ੍ਹਾਂ ਦਾ ਰੋਲ ਕੀਤਾ ਸੀ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੂਰਦਰਸ਼ਨ ਤੋਂ ਇਹ ਲੰਮਾ ਸੀਰੀਅਲ ਚੱਲਿਆ ਰਾਜਬੱਬਰੂ ਲੋ ਬਣਾਇਆ ਗਿਆ ਸੀ ਉਸ ਸੀਰੀਅਲ ਦੇ ਵਿੱਚ ਇਹ ਉਹਨਾਂ ਨੇ ਖਾਸ ਤੌਰ ਦੇ ਉੱਤੇ ਜੱਸਾ ਸਿੰਘ ਜੀ ਰਾਮਗੜੀਆ ਦਾ ਰੋਲ ਕੀਤਾ ਔਰ ਜਿਹੜੀ ਫਿਲਮ ਸੰਤ ਬਾਬਾ ਇਕਬਾਲ ਸਿੰਘ ਜੀ ਕਾਲਸਾ ਟਰਸਟ ਵੱਲੋਂ ਮਾਤਾ ਕਾਲਸਾ ਟਰਸਟ ਵੱਲੋਂ ਬਣਾਈ ਗਈ ਤੇ ਉਸ ਟਰਸਟ ਵੱਲੋਂ ਬਾਬਾ ਦੀਪ ਸਿੰਘ ਫਿਲ ਬਣਾਈ ਗਈ ਸੀ ਉਹਦੇ ਵਿੱਚ ਉਹਨਾਂ ਨੇ ਸਰਦਾਰ ਬਗੇਲ ਸਿੰਘ ਜਿਨ੍ਹਾਂ ਨੇ ਦਿੱਲੀ ਦੇ ਰਾਜ ਕਿਲੇ ਤੇ ਕੇਸ਼ਰੀ ਨਿਸ਼ਾਨ ਸੁਰਾ ਖੁਦ ਅਰੂੜ ਕੀਤਾ ਸੀ ਸੋ ਇੱਕ ਐਕਟਰ ਦੇ ਤੌਰ ਤੇ ਇੱਕ ਪ੍ਰੈਜੈਂਟਰ ਦੇ ਤੌਰ ਤੇ ਤੇ ਇੱਕ ਪ੍ਰੋਗਰਾਮ ਦੇ ਸੰਚਾਲਕ ਦੇ ਤੌਰ ਤੇ ਉਹਨਾਂ ਦੇ ਕੀ ਅਨੁਭਵ ਨੇ ਧਰਮ ਤੇ মিডিਏ ਦੀ ਕੀ ਸਾਂਝ ਹੈ ਇਹ ਗੱਲ ਵੀ ਕੀਤੀ ਜਾਵੇਗੀ ਤੇ ਕਿਉਂਕਿ ਸੰਜੀਵੋਰਾ ਜੀ ਏ ਜੀ ਪੰਜਾਬੀ ਨਾਲ ਜੁੜਨ ਤੋਂ ਪਹਿਲਾਂ ਜੀ ਨਿਊਜ਼ ਨਾਲ ਰਹੇ ਨੇ ਤੇ ਉਹ ਤੋਂ ਪਹਿਲਾਂ ਵੀ ਦਿਨਿਕ ਜਾਗਰਣ ਨਾਲ ਰਹੇ ਉਹਨਾਂ ਨੂੰ ਮੀਡੀਆ ਦਾ ਜਿਹੜਾ ਅਖਬਾਰੀ ਮੀਡੀਆ ਉਹਦਾ ਵੀ ਤਜਰਬਾ ਹੈ ਤੇ ਟੈਲੀਵਿਜ਼ਨ ਵਾਲੇ ਮੀਡੀਆ ਦਾ ਵੀ ਤਜਰਬਾ ਹੈ ਸੋ ਦੋਨੇ ਗੱਲਾਂ ਮੀਡੀਆ ਨਾਲ ਜੋੜ ਕੇ ਕੀਤੀਆਂ ਜਾਣਗੀਆਂ ਇਹ ਦੋਨੇ ਵੀ ਸਾਡੇ ਕੋਲ ਪਹੁੰਚੇ ਨੇ ਹਿੰਦੀ ਤੋਂ ਨਾਲ ਤਰਜਮਾ ਕਰਦੇ ਨੇ ਸੱਤੇ ਸਾਂਝੀ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੇਵ ਰੇਤੋ ਕੋ ਤੁਹਾਡਾ ਮੀਡੀਆ ਦਾ ਬੜਾ ਤਜਰਬਾ ਪਹਿਲਾਂ ਤੁਸੀਂ ਅਖਬਾਰੀ ਮੀਡੀਆ 'ਚ ਰਹੇ ਹੁਣ ਟੈਲੀਵਿਜ਼ਨ ਵਾਲੇ ਮੀਡੀਆ ਦੇ ਵਿੱਚ ਉਹ ਪ੍ਰਿੰਟ মিডিਆ ਦੂਜਾ ਮੀਡੀਆ ਦੇ ਦੋਨੇ ਮੀਡੀਆ ਦੇ ਤੁਸੀਂ ਇੱਕ ਤਰ੍ਹਾਂ ਦੀ ਨੇੜਤਾ ਹੰਡਾਈ ਹੈ ਔਰ ਬੜੀਆ ਜਿਹੜੀਆਂ ਇਜੈਕਟਿਵ ਪੋਸਟਾਂ ਹਨ ਤੇਰੇ ਤੁਸੀਂ ਮੀਡੀਆ ਨੂੰ ਕੀ ਸਮਝਦੇ ਹੋ ਦੇਖਿਓ ਜਦ ਤੱਕ ਮੀਡੀਆ ਇੱਕ ਸਭ ਤੋਂ ਵੱਡਾ ਸਾਧਨ ਹੈ ਗਿਆਨ ਦੇਣ ਦਾ ਠੀਕ ਅਸੀਂ ਜਿਹੜਾ ਸਕੂਲਾਂ ਵਿੱਚ ਕਿਤਾਬਾਂ ਵਿੱਚ ਪੜ੍ਹਦੇ ਹਾਂ ਕਾਲਜਾਂ ਵਿੱਚ ਪੜ੍ਹਦੇ ਹਾਂ ਉਹ ਸਾਡੀ ਜਾਣਕਾਰੀ ਬਦਾਂਦਾ ਨੌਲੇਜ ਬਦਾਂਦਾ ਉਹ ਚੀਜ਼ ਹਮਮ ਲੇਕਿਨ ਉਹ ਅਸੀਂ ਚੀਜ਼ ਪੜ੍ਹੀ ਸੀ 10 ਸਾਲ ਪਹਿਲਾਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਜੀ ਹੁਣ ਜਿੱਦਾਂ ਜਿੱਦਾਂ ਇਨਸਾਨ ਤਰੱਕੀ ਕਰ ਰਿਹਾ ਹੈ ਨਵੇਂ ਵਿਚਾਰ ਵੀ ਆਉਂਦੇ ਨੇ ਦੁਨੀਆ ਭਰ ਦੇ ਵਿਚਾਰ ਆਉਂਦੇ ਨੇ ਪਹਿਲੇ ਅਸੀਂ ਪੜ੍ਹਦੇ ਸੀ ਤੇ ਇੱਕ ਲਿਮਿਟਿਡ ਦੇ ਵਿਚਾਰ ਹੁੰਦੇ ਸੀ ਉਹ ਕਿਸੇ ਇੱਕ ਬੰਦੇ ਦੇ ਦੋ ਬੰਦੇ ਦੇ ਵਿਚਾਰ ਹੁੰਦੇ ਸੀ ਜਿਹੜੇ ਕਿਤਾਬ ਦੀ ਸ਼ਕਲ ਵਿੱਚ ਹੁੰਦੇ ਸੀ ਉਸ ਤੋਂ ਅਸੀਂ ਪੜ੍ਹੇ 10ਵੀਂ ਕੀਤੀ 12ਵੀਂ ਕੀਤੀ ਗ੍ਰੈਜੂਏਸ਼ਨ ਕੀਤੀ ਜਾਂ ਬਾਕੀ ਚੀਜ਼ਾਂ ਕੀਤੀਆਂ ਉਸ ਲੇਕਿਨ ਉਹ ਜਿਹੜਾ ਗਿਆਨ ਸੀ ਉਹ ਸਾਡਾ ਗਿਆਨ ਵਧਦਾ ਨਹੀਂ ਹੈ ਆਪਣੇ ਆਪ ਜੀ ਉਹਨੂੰ ਵਿਵਧਾਨ ਵਾਸਤੇ ਸਾਨੂੰ ਸਾਧਨ ਚਾਹੀਦਾ ਜਿਹੜਾ ਮੀਡੀਆ ਹੈ ਉਸ ਗਿਆਨ ਨੂੰ ਵਿਵਧਾਨ ਦਾ ਇੱਕ ਬਹੁਤ ਵੱਡਾ ਸਾਧਨ ਹੁੰਦਾ ਹੈ ਕਿਉਂਕਿ ਮੀਡੀਆ ਬਦਲਦਾ ਰਹਿੰਦਾ ਹੈ ਨਵੀਆਂ ਚੀਜ਼ਾਂ ਜਿਹੜੀਆਂ ਆਂਦੀਆਂ ਉਹ ਮੀਡੀਆ ਦੱਸਦਾ ਹੈ ਤੇ ਉਸ ਗਿਆਨ ਵਿੱਚ ਇਜ਼ਾਫਾ ਹੁੰਦਾ ਜਾਂਦਾ ਹੈ ਬੜੌਤਰੀ ਹੁੰਦੀ ਜਾਂਦੀ ਹੈ ਤੇ ਮੀਡੀਆ ਦਾ ਰੋਲ ਇਸ ਤਾਈ ਬਹੁਤ ਜ਼ਿਆਦਾ ਪ੍ਰਮੁੱਖ ਮੰਨਿਆ ਜਾ ਸਕਦਾ ਹੈ ਉਹ ਚਾਹੇ ਧਰਮ ਦੀ ਗੱਲ ਹੋਏ ਚਾਹੇ ਕਿਸੇ ਵੀ ਖੇਤਰ ਦੀ ਗੱਲ ਹੋਏ ਮੀਡੀਆ ਜਿਹੜਾ ਹੈ ਸਾਡੇ ਗਿਆਨ ਨੂੰ ਵਿਵਧਾਨਦਾਇਕ ਬਹੁਤ ਵੱਡਾ ਸਾਧਨ ਹੈ ਔਰ ਦੁਨੀਆ ਪੜਦਾ ਹੁਣ ਕਿਉਂਕਿ ਇਹ ਤਾਂ ਵਧਿਆ ਜਾ ਰਿਹਾ ਹੈ ਗਲੋਬਲ ਜਿਸ ਤਰ੍ਹਾਂ ਹੋਈ ਜਾ ਰਹੀਆਂ ਚੀਜ਼ਾਂ ਅਸੀਂ ਇੱਥੇ ਬਹਿ ਕੇ ਗੱਲ ਕਰਦੇ ਆਂ ਪੰਜਾਬ ਦੀ ਇੱਥੇ ਇੱਥੇ ਬਹਿ ਕੇ ਗੱਲ ਕਰਦੇ ਆਂ ਲੰਡਨ ਦੀ ਇੱਥੇ ਬਹਿ ਕੇ ਗੱਲ ਕਰਦੇ ਆਂ ਅਸੀਂ ਕੈਨੇਡਾ ਦੀ ਹੁਣ ਥਾਤ ਅਸੀਂ ਕਿੰਨੀ ਦੂਰੋਂ ਆਏ ਆਂ ਹਜ਼ਾਰਾਂ ਮਿਲਦੂਤ ਆ ਕੇ ਇੱਥੇ ਗੱਲ ਕਰ ਰਹੇ ਆਂ ਤੇ ਇਹ ਜਿਹੜਾ ਸਮਝਿਆ ਜਾ ਸਕਦਾ ਹੈ ਕਿ ਮੀਡੀਆ ਦਾ ਰੋਲ ਕਿੰਨਾ ਵਧਿਆ ਜਾ ਰਿਹਾ ਹੈ ਔਰ ਜੋ ਸਾਡੇ ਵਿਚਾਰ ਨੇ ਜੋ ਅਸੀਂ ਉੱਥੇ ਦੇਖਦੇ ਆ ਅਸੀਂ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਇੱਥੇ ਜੀ ਤੇ ਜਿਹੜਾ ਕਿ ਲੱਖਾਂ ਸੰਗਤਾਂ ਨੂੰ ਪਹੁੰਚ ਰਿਹਾ ਤੇ ਇਹ ਰੋਲ ਹੈ ਮੀਡੀਆ ਦਾ ਜਿਹੜਾ ਕਿ ਨਵੀਂ-ਨਵੀਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਰਿਹਾ ਹੈ ਔਰ ਵਕ ਵਕ ਵਿਚਾਰ ਜਿਹੜੇ ਪਹੁੰਚਾਉਂਦਾ ਹੈ ਹਾਂ ਬਿਲਕੁਲ ਇਹ ਸਰਦਾਰ ਗੁਰਪ੍ਰੀਤ ਸਿੰਘ ਨੇ ਗੱਲ ਕੀਤੀ ਸੀ ਕਿ ਧਰਮ ਜੀਵਨ ਜਾਚ ਦੇਣ ਵਾਲੀ ਗੱਲ ਹੈ ਧਰਮ ਵੀ ਗਿਆਨ ਵੰਡਦਾ ਹੈ ਉਹ ਗਿਆਨ ਜਿਹੜਾ ਮਨੁੱਖ ਦੇ ਜੀਵਨ ਨੂੰ ਸਫਲ ਕਰਦਾ ਹੈ ਮਨੁੱਖ ਨੂੰ ਆਲੇ-ਦੁਆਲੇ ਪ੍ਰਤੀ ਚਤਨਨ ਕਰਦਾ ਹੈ ਪਦਾਰਥ ਦੀ ਦੌੜ ਬਾਰੇ ਵੀ ਦੱਸਦਾ ਹੈ ਤੇ ਮੀਡੀਆ ਵੀ ਇੱਕ ਤਰ੍ਹਾਂ ਦਾ ਗਿਆਨ ਬਣਦਾ ਐ ਸੋ ਦੋਨੇ ਗੱਲਾਂ ਇੱਕ ਦੂਜੀਆਂ ਪੂਰਕ ਹੋ ਗਈਆਂ ਮੀਡੀਆ ਤੇ ਧਰਮ ਦੋਨੇ ਇੱਕ ਦੂਜੇ ਦੇ ਇਹ ਪੂਰਕ ਬਣ ਗਏ ਤੁਸੀਂ ਇਹਦੀ ਗੱਲ ਬਹੁਤ ਪਿਆਰੀ ਗੱਲ ਕਹੀ ਸੀ ਕਿ ਮੁੱਢ ਤੋਂ ਹੀ ਧਰਮ ਮੀਡੀਆ ਨੂੰ ਵਰਦਾ ਰਿਹਾ ਆ ਆਪਣੇ ਪ੍ਰਚਾਰ ਦੇ ਲਈ ਉਹ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਮੈਨੂੰ ਇੱਕਦਮ ਉਸ ਵੇਲੇ ਕਲਿੱਕ ਕੀਤੀ ਜਿਉਂ ਆਈ ਗੁਰੂ ਰਾਮਦਾਸ ਦਾ ਸਾਰੰਗ ਦਾਗ ਦੇ ਵਿੱਚ ਆ ਕਿ ਸੰਤੋ ਸੁਣੋ ਸੁਣੋ ਜਨ ਭਾਈ ਗੁਰਕਾੜੀ ਬਾਹ ਕੋ ਕੀਜੇ ਜੋ ਆਤਮ ਸੁਖ ਸੁਖ ਸਦ ਲੋੜੋ ਗੁਰੂ ਸਤਗੁਰੂ ਸ਼ਰਨ ਪੀਜੇ ਗੁਰੂ ਉੱਚੀ ਬਾਹ ਕਰਕੇ ਕੂਕੂਕੇ ਕਰਿਆ ਮਨਾਦੀ ਦੇਣ ਵਾਲਾਂਗੇ ਔਰ ਜਿਹੜੀ ਮਨਾਦੀ ਦੇਣ ਵਾਲੇ ਹੁੰਦੀ ਸੀ ਪਹਿਲਾਂ ਜਿਹੜਾ ਤੀਪਾ ਖੜਕਾ ਕੇ ਵਾਲੀ ਗੱਲ ਉਹ ਵੀ ਇੱਕ ਤਰ੍ਹਾਂ ਦਾ ਸੁਨੇਹਾ ਦੇਣ ਦੀ ਗੱਲ ਧਰਮ ਨੇ ਉਹ ਨੂੰ ਤਰੀਕੇ ਨੂੰ ਵੀ ਵਰਤਿਆ ਹੈਗਾ ਜਦੋਂ ਆਪਾਂ ਇਹ ਗੱਲ ਜਾਣ ਲਈ ਕਿ ਧਰਮ ਵੀ ਗਿਆਨ ਦੇਣ ਦਾ ਮਾਧਿਅਮ ਹੈ ਤੇ ਮੀਡੀਆ ਵੀ ਗਿਆਨ ਦੇਣ ਦਾ ਹੀ ਮਾਧਿਅਮ ਹੈ ਦੋਨੇ ਇੱਥੇ ਮੈਂ ਥੋੜਾ ਦੇਖ ਹੋਰ ਵਿੱਚ ਗੱਲ ਐਡ ਕਰਨਾ ਚਾਹਾਂ ਮੀਡੀਆ ਮਾਧਿਅਮ ਆ ਗਿਆਨ ਦੇਣ ਦਾ ਮਾਧਿਅਮ ਹਾਂਜੀ ਪਰ ਉਗਿਆਨ ਕਿਸ ਢੰਗ ਦਾ ਹੋ ਸਕਦਾ ਹੈ ਹਾਂਜੀ ਉਹਦੇ ਚ ਨੈਗੇਟਿਵਿਟੀ ਪੋਜ਼ਿਟਿਵਿਟੀ ਦੋਨੋਂ ਆ ਜਾਂਦੇ ਆ ਠੀਕ ਹੈ ਹੁਣ ਧਰਮ ਤੇ মিডিਆ ਦਾ ਜੇ ਸੁਮੇਲ ਬਣਦਾ ਤੇ ਫਿਰ ਉਹਦੇ ਤੇ ਪੋਜ਼ਿਟਿਵਿਟੀ ਆ ਸਕਦੀ ਆ ਬਿਲਕੁਲ ਧਰਮ ਸਿਰਫ ਪੋਜ਼ਿਟਿਵ ਗਿਆਨ ਆ ਹਾਂ ਧਰਮ ਦੇ ਵਿੱਚ ਪੋਜ਼ਿਟਿਵਿਟੀ ਸਾਨੂੰ ਮਿਲੇਗੀ ਤੇ ਇਹ মিডিਆ ਜ਼ਰੀਆ ਹਾਂਜੀ ਹੁਣ ਅਸੀਂ ਗੱਲ ਕਰ ਰਹੇ ਆ ਇਸ ਮਾਧਿਅਮ ਦੇ ਰਾਹੀਂ ਆਪਣੀ ਗੱਲ ਜਾ ਰਹੀ ਆ ਇਸ ਇਸੇ ਮਾਧਿਮ ਦੇ ਰਾਹੀਂ ਕੋਈ ਹੋਰ ਗੱਲ ਵੀ ਜਾ ਸਕਦੀ ਹੈ ਜਿਹੜੀ ਕਿ ਸਾਡੇ ਸਮਾਜ ਵਾਸਤੇ ਨੈਗੇਟਿਵ ਹੋ ਸਕਦੀ ਹੈ ਸਾਡੇ ਮਾੜਾ ਪ੍ਰਭਾਵ ਦੇ ਸਕਦੀ ਹੈ ਮਾਧਿਅਮ ਤਾਂ ਮਾਧਿਅਮ ਆ ਪਰ ਉਸ ਮਾਧਿਅਮ ਦਾ ਸਾਧੋ ਪ੍ਰਯੋਗ ਜਿਹੜਾ ਆ ਮੇਰੇ ਖਿਆਲ ਉਹ ਸਾਨੂੰ ਕਰਨਾ ਜਿਹੜਾ ਸਾਡੇ ਵਾਸਤੇ ਸਮੇਂ ਦੀ ਲੋੜ ਵੀ ਆ ਤੇ ਸ਼ੁਰੂ ਹੋ ਚੁੱਕਿਆ ਆ ਅਸ਼ੋ ਗੱਲ ਬੜੀ ਸਪਸ਼ਟ ਹੋਈ ਕਿ ਜੇ ਮੀਡੀਆ ਦੇ ਨਾਲ ਧਰਮ ਜੁੜ ਜਾਏ ਤੇ ਸਾਰੇ ਦੀ ਸਾਰੇ ਗਿਆਨ ਜਿਹੜਾ ਪੋਜ਼ਿਟਿਵ ਹੋ ਸਕਦਾ ਐ ਨਹੀਂ ਤਾਂ 네ਗੇਟਿਵ ਵੀ ਰਹਿ ਸਕਦਾ ਕਿਉਂਕਿ ਬਹੁਤ ਸਾਰੇ ਚੈਨਲ 네ਗੇਟਿਵ ਵੀ ਇਹਦੇ ਰਹਿਣ ਮੈਂ ਥੋੜਾ ਜਿਹਾ ਪਹਿਲਾਂ ਕਿਉਂਕਿ ਸੰਗਤਾਂ ਨੂੰ ਪਤਾ ਲੱਗ ਜਾਏ ਕਿ ਜੀ ਪੰਜਾਬੀ ਜਿਹੜਾ ਕਿ ਪੂਰਾ ਜੀ ਗਰੁੱਪ ਦੇ ਨਾਲ ਜੁੜਿਆ ਹੋਇਆ ਜੀ ਗਰੁੱਪ ਕਿੱਡਾ ਕੋ ਵੱਡਾ ਹੈ ਉਹਦੀ ਗੱਲ ਵੀ ਕਰ ਲੈਣੀ ਚਾਹੀਦੀ ਐ ਸਜੇਵਰਾ ਜੀ ਤੁਹਾਡੇ ਨਾਲ ਜੀ ਗਰੁੱਪ ਜਿਹੜਾ ਜਿਹਦੇ ਜੀ ਟੀਵੀ ਚੈਨਲ ਆ ਕਿੰਨੇ ਕੁ ਚੈਨਲ ਚਲਾ ਰਿਹਾ ਦੇਖਿਓ ਹੋਲ ਜੀ ਟੀਵੀ ਤੋਂ ਸਾਡੀ ਸ਼ੁਰੂਆਤ ਹੋਈ ਸੀ ਹਾਂਜੀ ਔਰ ਹੁਣ ਵੱਧੇ ਵੱਧੇ 에ਸ਼ੀਆ ਦਾ ਸਭ ਤੋਂ ਵੱਡਾ ਸਾਡਾ ਨੈਟਵਰਕ ਹੈ ਹਾਂਜੀ ਸਾਡੇ ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦਰਾ ਹਾਂਜੀ ਉਹਨਾਂ ਦੀ ਸਰਪ੍ਰਸਤੀ ਚ ਅਸੀਂ ਚੱਲ ਰਿਹਾ ਹੈ ਪੂਰਾ ਚੈਨਲ ਸਾਡਾ ਪੂਰੇ ਗਰੁੱਪ ਚੱਲ ਰਿਹਾ ਹੈ ਔਰ ਜੀ ਟੀਵੀ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਵੱਧੇ 2 4 35 ਤੋਂ ਉੱਪਰ 35 ਤੋਂ ਉੱਪਰ ਸਾਡੇ ਚੈਨਲ ਹੁਣ ਪਹੁੰਚ ਗਏ ਹਨ ਔਰ ਐਸਾ ਕੋਈ ਖੇਤਰ ਨਹੀਂ ਹੈ ਜਿੱਦੇ ਚ ਸਾਡੇ ਗਰੁੱਪ ਦਾ ਕੋਈ ਚੈਨਲ ਨਾ ਹੋਵੇ ਹੋਰ ਤੇ ਹੋਰ ਜੋ ਲੇਟੈਸਟ ਹੁਣੇ ਚੈਨਲ ਸ਼ੁਰੂ ਹੋਇਆ ਹੈ ਸਾਡਾ ਉਹ ਖਾਣ ਪੀਣ ਦੇ ਉੱਤੇ ਹੈਗਾ ਜੀ ਖਾਣਾ ਖਜ਼ਾਨਾ ਠੀਕ ਹੈ ਤੇ ਕੋਈ ਸ਼ਾਇਦ ਹੀ ਕੋਈ ਸੋਚ ਸਕਦਾ ਹੋਵੇਗਾ ਕਿ ਖਾਣ ਪੀਣ ਦੇ ਉੱਤੇ ਵੀ ਪੂਰਾ ਚੈਨਲ ਚੱਲ ਸਕਦਾ ਹੈ 24 ਘੰਟੇ ਦਾ ਠੀਕ ਹੂੰ ਤੇ ਤੇ ਦੁਨੀਆ ਪੜਦੇ ਖਾਣਿਆਂ ਦੀ ਅਸੀਂ ਗੱਲ ਕਰਦੇ ਆ ਬਣਾ ਕੇ ਦਿਖਾਉਂਦੇ ਆ ਚਾਹੇ ਉਹ ਹਿੰਦੁਸਤਾਨ ਦਾ ਖਾਣਾ ਹੋਵੇ ਚਾਹੇ ਲਖਨਊ ਦੀ ਮੁਗਲਿਆ ਖਾਣਾ ਹੋਵੇ ਚਾਹੇ ਥਾਈ ਖਾਣਾ ਹੋਵੇ ਚਾਈਨੀਜ਼ ਹੋਵੇ ਜਰਮਨੀ ਹੋਵੇ ਕੋਈ ਵੀ ਖਾਣਾ ਹੋਵੇ ਹਰ ਤਰ੍ਹਾਂ ਦੀ ਰੈਸਿਪੀ ਦੱਸਦੇ ਆ ਖਾਣਿਆਂ ਦੀ ਉਹਦੇ ਵਿੱਚ ਕੀ ਵਿਸ਼ੇਸ਼ਤਾ ਹੈਗੀ ਏ ਤੇ ਇਸੇ ਤਰੀਕੇ ਨਾਲ ਬਾਕੀ ਹੋਰ ਚੈਨਲ ਵੀ ਹੈਗੇ ਸਾਡੇ ਧਾਰਮਿਕ ਚੈਨਲ ਵੈਗਨਸੀ ਇਸਲਾਮ ਚੈਨਲ ਹੈਗਾ ਜਿਹੜਾ ਕਿ ਮੁਸਲਮ ਧਰਮ ਵਿਚਾਰ ਨੂੰ ਦੱਸਦਾ ਹੈ ਜੀ ਜਾਗਰਣ ਹੈਗਾ ਜਿਹੜਾ ਕਿ Hindu ਪદ્ધਤੀ ਕੀ ਹੈਗੀ ਏ ਉਹ ਦੱਸਦਾ ਹੈ ਜੀ ਪੰਜਾਬੀ ਜੀ ਪੰਜਾਬੀ ਹੈ ਜਿਹੜਾ ਕਿ ਜੀ ਪੰਜਾਬੀ ਚੈਨਲ ਸਾਡਾ ਉਹਦੇ ਵਿੱਚ ਅਸੀਂ ਨਿਊਜ਼ ਵੀ ਦਿੰਦੇ ਆ ਪੂਰੀ ਦੁਨੀਆ ਭਰ ਦੀ ਅਸੀਂ ਖਬਰਾਂ ਦਿੰਦੇ ਆ ਸਪੋਰਟਸ ਐਂਟਰਟੇਨਮੈਂਟ ਕ੍ਰਾਈਮ ਔਰ ਧਾਰਮਿਕ ਤੇ ਹੈ ਹੀ ਹੈ ਜੋ ਏਕ ਓੰਕਾਰ ਸਾਡਾ ਪ੍ਰੋਗਰਾਮ ਹੈ ਔਰ ਹੋਰ ਬਾਕੀ ਹੋਰ ਵੀ ਜਿਹੜੀ ਸ਼ਖਸੀਅਤਾਂ ਹਨ ਵਕ ਵਕ ਸ਼ਖਸੀਅਤ ਆਰਟ ਕਲਚਰ ਦੀ ਵੱਡੀ ਤੋਂ ਵੱਡੀ ਸ਼ਖਸੀਅਤ ਜਿਹੜੀ ਹੈ ਅਚੈ ਦੀ ਪੰਜਾਬ ਦੀ ਕੋਈ ਐਸੀ ਸ਼ਖਸੀਅਤ ਹੋਏਗੀ ਜਿਹੜੀ ਪੰਜਾਬੀ ਸ਼ਖਸੀਅਤ ਜਿਹੜੀ ਸਾਡੇ ਜੀ ਪੰਜਾਬੀ ਨਾਲ ਨਾ ਜੁੜੀ ਹੋਏ ਕਿਸੇ ਨਾ ਕਿਸੇ ਤਰੀਕੇ ਨਾਲ ਹਾਂਜੀ ਕਿਉਂਕਿ ਧਰਮ ਤੇ ਸਭਿਆਚਾਰ ਇਕੱਠਾ ਚੱਲਦਾ ਹੈ ਪੰਜਾਬ ਦਾ ਤੇ ਜੀ ਪੰਜਾਬੀ ਇੱਕ ਇਹੋ ਜਿਹਾ ਚੈਨਲ ਹੈ ਜਿਹੜਾ ਧਰਮ ਤੇ ਸਭਿਆਚਾਰ ਦੋਵਾਂ ਨੂੰ ਇਕੱਠੇ ਲੈ ਕੇ ਤੁਰਦਾ ਹੈ ਤੇ ਸ਼ਾਇਦ ਦੁਨੀਆ ਭਰ ਚ ਸਭ ਤੋਂ ਚਰਚਿਤ ਚੈਨਲ ਹੈ ਇਸ ਪੱਖੋਂ ਕਿ ਧਰਮ ਤੇ ਸਭਿਆਚਾਰ ਨੂੰ ਇਕੱਠੇ ਤੋਰਨ ਵਾਲਾ ਔਰ ਜਦੋਂ ਜੀ ਦੀ ਗੱਲ ਕਰਦੇ ਆਂ ਜੀ ਗਰੁੱਪ ਦੀ ਗੱਲ ਕਰਦੇ ਆਂ ਜੀ ਟੀਵੀ ਦੇ ਨਾਲ ਜੁੜ ਕੇ ਗਰੁੱਪ ਦੀ ਗੱਲ ਕਰਦੇ ਆਂ ਸ਼ਿਵ ਕੁਸ਼ੰਤਰਾ ਦਾ ਜ਼ਿਕਰ ਕੀਤਾ ਜਿਹੜਾ ਕਿ ਚੇਅਰਮੈਨ ਹੈ ਉਸ ਗਰੁੱਪ ਦੇ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਕਵਾ ਉਰੂ ਅਵਾਰਡ ਇਹੋ ਜਿਹਾ ਅਵਾਰਡ ਹੈ ਕਿ ਜਿੱਦਾਂ ਫਿਲਮਾਂ ਲਈ ਅस्कर ਅਵਾਰਡ ਹੈ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਇਹ ਪੱਤਰਕਾਰੀ ਇਹ ਟੈਲੀਵਿਜ਼ਨ ਮੀਡੀਆ ਦੇ ਲਈ ਇਹ ਸਭ ਤੋਂ ਵੱਡਾ ਅਵਾਰਡ ਹੈ ਜਿਹੜਾ ਮਿਲਿਆ ਔਰ ਇੰਡੀਆ ਦੇ ਵਿੱਚ ਇਹ ਇੰਡੀਅਨ ਕਿਸੇ ਉਦਾਰੇ ਨੂੰ ਸ਼ਾਇਦ ਪਹਿਲੀ ਵਾਰੀ ਉਹ ਅਵਾਰਡ ਦਿੱਤਾ ਕਿ ਇਸ ਲਈ ਵੀ ਸਾਰੇ ਭਾਈਚਾਰੇ ਦੀ ਜਿਹੜਾ ਰੈਲਵਿਨਾ ਜੁੜਾ ਉਹਨਾਂ ਦਾ ਮਾਣ ਵਾਲੀ ਗੱਲ ਹੈ ਇਹ ਮੈਂ ਗੁਰਪ੍ਰੀਤ ਸਿੰਘ ਜੀ ਸਿੱਧੇ ਹੁਣ ਤੁਹਾਡੇ ਲੈਣਾ ਚਾਹੁੰਦਾ ਕਿਉਂਕਿ ਏਕ ਓੰਕਾਰ ਦੀ ਗੱਲ ਉਹਨਾਂ ਨੇ ਖਾਸ ਤੌਰ ਤੇ ਕੀਤੀ ਔਰ ਰੰਭ ਦੇ ਵਿੱਚ ਮੈਂ ਗੱਲ ਕਹੀ ਸੀ ਕਿ ਏਕ ਓੰਕਾਰ ਇੱਕ ਇਹੋ ਜਿਹਾ ਪ੍ਰੋਗਰਾਮ ਹੈ ਜਿਹੜਾ ਦੁਨੀਆ ਭਰ 'ਚ ਸ਼ਾਇਦ ਸਭ ਤੋਂ ਜ਼ਿਆਦਾ ਪਪੂਲਰ ਪ੍ਰੋਗਰਾਮ ਧਾਰਮਿਕ ਤੌਰ ਤੇ ਏਕ ਓੰਕਾਰ ਸਭ ਕੁਝ ਕੀ ਕੁਛ ਕੀ ਕੁਛ ਆ ਕਰਦਾ ਹੈ ਕੁਝ ਏਕ ਓੰਕਾਰ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਬੇਸਿਕ ਸਾਡਾ ਉਹ ਫਾਰਮੈਟ ਹੈ ਜਿਹੜਾ ਅਸੀਂ ਇੰਡੀਆ ਦੇ ਵਿੱਚ ਜਿਹੜਾ ਸਵੇਰੇ ਲਾਈਵ ਸਾਡਾ ਚੱਲਦਾ ਹੈ। ਹਾਂਜੀ। ਉਹਥੇ ਅਸੀਂ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੋਅ ਹੈ ਸਵੇਰੇ 5 ਵਜੇ ਸਾਡਾ ਸ਼ੁਰੂ ਹੋ ਜਾਂਦਾ ਹੈ ਲਾਈਵ। ਠੀਕ ਹੈ। 5 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡਾ ਡੇਲੀ ਲਾਈਵ ਚੱਲਦਾ ਹੈ। 7 ਦਿਨ ਚੱਲਦਾ ਹੈ ਤੇ ਅਸੀਂ ਇਹਦੇ ਵਿੱਚ ਹੁਣ ਪਹਿਲਾਂ ਅਸੀਂ ਸ਼ੁਰੂਆਤ ਕਰਕੇ ਅਸੀਂ ਕੀਰਤਨ ਜਿਹੜਾ ਹੈ ਗੁਰਬਾਣੀ ਕੀਰਤਨ ਰਿਕਾਰਡਿੰਗ ਸ੍ਰੀ ਗੁਰਬੰਦਰ ਸਾਹਿਬ ਦਾ ਹੁਕਮਨਾਮਾ ਨਹੀਂ ਮੈਂ ਥੋੜਾ ਜਿਹਾ ਵਿਸਾਰ ਉਹਦੇ ਚ ਦੇਣਾ ਚਾਹਾਂਗਾ ਕਿ ਜਿਹੜਾ ਬਾਹਰ ਓਵਰਸੀਜ਼ ਆਉਂਦਾ ਹੈ ਯੂਕੇ ਇਦਾਂ ਆਉਂਦਾ ਉਹ ਉਹ ਐ ਲਗ ਫਾਰਮੈਟ ਹੈ ਜਿਹੜਾ ਸਾਡਾ ਬੇਸਿਕ ਫਾਰਮੈਟ ਉਹਦੇ ਵਿੱਚ ਅਸੀਂ ਰਿਕਾਰਡਡ ਕੀਰਤਨ ਪਹਿਲਾਂ 1 ਘੰਟੇ ਦਾ ਉਸ ਤੋਂ ਬਾਅਦ ਸਾਡਾ ਜਿਹੜਾ ਸੈਗਮੈਂਟ ਸ਼ੁਰੂ ਹੁੰਦਾ 6 ਵਜੇ ਤੋਂ ਲੈ ਕੇ ਉੱਥੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਤੋਂ ਜਿਹੜਾ ਹੁਕਮਨਾਮਾ ਪ੍ਰਾਪਤ ਹੋਇਆ ਹੁੰਦਾ ਉਹਦੀ ਵਿਚਾਰ ਸਾਂਝੀ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਕੋਈ ਇਤਿਹਾਸਿਕ ਗੁਰੂ ਕੋਈ ਇਤਿਹਾਸਿਕ ਗੁਰੂ ਨਵਾ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਤੋਂ ਨਵੇਂ ਜਿਹੜੇ ਨਵੇਂ ਸਾਡੇ ਵਾਸਤੇ ਨਵੇਂ ਹੁੰਦੇ ਨੇ ਪਰ ਉਹ ਬਹੁਤ ਬਹੁਤ ਪੁਰਾਣੇ ਹੁੰਦੇ ਨੇ ਇਤਿਹਾਸਿਕ ਹੁੰਦੇ ਨੇ ਉਹਨਾਂ ਦੀ ਆਪਣੀ ਇੰਪੋਰਟੈਂਸ ਹੈ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਰਮਜ਼ਾਂ ਜਿਹੜੀਆਂ ਲੁਕੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕੱਢਣ ਦੀ ਕੋਸ਼ਿਸ਼ ਕਰਦੇ ਆਂ ਉਪਰਾਲਾ ਛੋਟਾ ਛੋਟਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆਂ ਉਸ ਤੋਂ ਬਾਅਦ ਰਣਜੀਤ ਸਿੰਘ ਵੀ ਅਸੀਂ ਜਿਹੜੀ ਆ ਕਿਸ ਜਿਹੜਾ ਸਾਡਾ ਡੇਲੀ ਜਿਹੜੀ ਡਿਸਕਸ਼ਨ ਅਸੀਂ ਕਰਦੇ ਆਂ ਧਰਮ ਵਿਚਾਰ ਉਹਨੂੰ ਉਸੇ ਧਰਮ ਵਿਚਾਰ ਦਾ ਨਾਮ ਦਿੱਤਾ ਤੇ ਉਹ ਧਰਮ ਵਿਚਾਰ ਅਸੀਂ ਕਰਦੇ ਆਂ ਇਹ ਕਰੀਬ 40 ਤੋਂ 45 ਮਿੰਟ ਤੱਕ ਦੀ ਅਸੀਂ ਡੇਲੀ ਉਸ ਦੇ ਵਿਚਾਰ ਕਰਦੇ ਫਿਰ ਅਸੀਂ ਖਾਲਸਾ ਜਗ ਸਿੱਖੀ ਜਗਤ ਦੀਆਂ ਖਬਰਾਂ ਖਾਲਸਾ ਖਬਰਾਂ ਖਾਲਸਾ ਖਬਰਾਂ ਜਿਹੜੀਆਂ ਨੇ ਉਹ ਅਸੀਂ ਸੰਗਤਾਂ ਨਾਲ ਮਤਲਬ ਉਹ ਦੀ ਸਾਂਝ ਪਾਉਂਦੇ ਕੁਝ ਸਾਨੂੰ ਵਿਚਾਰ ਜਿਹੜੇ ਆਏ ਹੁੰਦੇ ਨੇ ਮੈਸੇਜ ਆ ਜਾਂਦੇ ਨੇ ਕੋਈ ਮੇਲਸ ਆ ਜਾਂਦੀਆਂ ਐਸਐਮਐਸ ਆ ਜਾਂਦੇ ਨੇ ਫਿਰ ਉਹਨਾਂ ਦੀ ਵਿਚਾਰ ਕਰਦੇ ਹ ਸੋਸਾਇਟੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚ ਹਰ ਪੱਖ ਜਿਹੜਾ ਵਾ ਜ਼ਿੰਦਗੀ ਦਾ ਉਹ ਇਨਕਲੂਡ ਕੀਤਾ ਜਾਏ ਇਹ ਥੋੜੀ ਜੀ ਵਿਸਥਾਰ ਸੰਜੀਵਰੋ ਜੀ ਕਿਉਂਕਿ ਇਹ ਰੀਟਰ ਨੇ ਪੂਰੇ ਜੀ ਪੰਜਾਬੀ ਦੇ ਇਹ ਕੌਣ ਕਰਦਾ ਖਿਆਲ ਕਿਦਾਂ ਆਇਆ ਸੀ ਇਹ ਬੜਾ ਇੰਟਰਸਟਿੰਗ ਹੈਗਾ ਜੀ ਹਾਂਜੀ ਕਿਉਂਕਿ ਮੈਂ ਵੀ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹਾਂਜੀ ਮੇਰੇ ਨਾਨਾ ਜੀ ਸਿੱਖਾਗੇ ਸੀ ਮੇਰੀ ਦਾਦੀ ਮੇਰੀ ਦਾਦੀ ਸਿੱਖਾਂ ਦੀ ਧੀ ਹੈਗੀ ਸੀ ਹਾਂਜੀ ਗੁਰਦੁਆਰਾ ਸਾਹਿਬ ਜਾਣਾ ਆਣਾ ਸਾਡਾ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਦਾਦੀ ਵੀ ਸਿੱਖ ਤੇ ਨਾਨੀ ਵੀ ਸਿੱਖ ਤੇ ਤੁਸੀਂ ਵੀ ਸਿੱਖੀ ਹੋ। ਅੰਦਰੋਂ ਸਿੱਖੀਆਂ ਸੀ। ਤੇ ਗੁਰੂ ਘਰ ਆਣਾ ਜਾਣਾ ਲੰਦਾ ਸੀ। ਛੋਟੇ ਹੁੰਦੇ ਸੀ ਤੇ ਸਾਨੂੰ ਉਹਦਾ ਮਹੱਤਵ ਨਹੀਂ ਪਤਾ ਸੀ ਕੀ ਕੀ ਹੁੰਦਾ। ਬਾਕੀ ਸਾਡੇ ਲਈ ਗੁਰਦੁਗੁਰੂ ਘਰ ਵੀ ਉਦਾਂ ਹੀ ਸੀ ਮੰਦਿਰ ਵੀ ਉਦਾਂ ਹੀ ਸੀ। ਸਾਡੇ ਘਰਾਂ 'ਚ ਹੁਣ ਵੀ ਕੁਝ ਲੋਕਾਂ ਦੇ ਆਨੰਦਗਾਰਜ ਹੁੰਦੇ ਨੇ, ਕੁਝ ਲਾਵਾ ਉਟੀਆਂ। ਠੀਕ ਹੈ। ਤੇ ਮੈਂ ਸੁਣਦਾ ਸੀ ਕੀਰਤਨ ਤੇ ਮੈਂ ਕਈ ਵਾਰ ਸੋਚਦਾ ਸੀ ਕਿ ਮੈਂ ਕੀਰਤਨ ਨੂੰ ਸਮਝਾਂ ਗੁਰਦਾਸ ਆਪ ਮੈਂ ਜਾਂਦਾ ਮੈਂ ਬੰਗਲਾ ਸਾਹਿਬ ਮੈਂ ਬਹੁਤ ਜਾਣਾ ਦਿੱਲੀ ਜੇ ਬੰਗਲਾ ਸਾਹਿਬ ਗੁਰਦਾਸ ਜੀ ਲੇਕਿਨ ਮੈਨੂੰ ਸਮਝ ਨਹੀਂ ਆਦਾ ਸੀ ਕੀ ਇਤਨੀ ਚ ਕਹਿੰਦੇ ਕੀ ਫਿਰ ਠੀਕ ਮੇਰੇ ਨਾਲ ਇੱਕ ਹੋਰ ਮੇਰੀ ਉਮਰ ਦਾ ਇੱਕ ਬੰਦਾ ਸੀ ਮੈਂ ਉਹਨੂੰ ਪੁੱਛਿਆ ਬਾਹਰ ਨਿਕਲ ਕੇ ਬਾਅਦ ਮੈਂ ਕਹਾ ਭਾਜੀ ਮੈਂ ਕਹਤੋ ਕਿ ਲਾਈਨ ਜਿਹੜੀ ਲਾਈਨ ਬੋਲੀ ਸੀ ਮੈਨੂੰ ਸਮਝ ਨਹੀਂ ਆਈ ਕੀ ਉਹ ਕਹਿੰਦੇ ਮੈਨੂੰ ਹੀ ਨਹੀਂ ਪਤਾ ਕੀ ਬਾਤ ਤੇ ਮੈਂ ਇੱਕ ਦੋ ਇਸ ਤਰ੍ਹਾਂ ਮੈਂ ਕਈ ਵਾਰ ਮੈਂ ਕੋਈ ਲੋਕਾਂ ਕੋਲ ਪੁੱਛਿਆ ਤੇ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਆਉਂਦੀ ਸੀ ਉਹਨਾਂ ਕੋਲ ਪੁੱਛਿਆ ਮੈਂ ਹੂੰ ਜੋ ਕਹਿੰਦਾ ਜੀ ਸੱਚਮੁੱਚ ਸਾਨੂੰ ਪੂਰੀ ਗੱਲ ਸਮਝ ਨਹੀਂ ਆਂਦੀ ਕੀਰਤਨ ਦੀ ਕਦੇ ਕਦੇ ਕਥਾ ਦੀ ਵੀ ਗੱਲ ਸਮਝ ਨਹੀਂ ਆਉਂਦੀ ਠੀਕ ਮੈਂ ਸੋਚਿਆ ਕਿ ਜਦ ਮੈਨੂੰ ਸਮਝ ਨਹੀਂ ਆਂਦੀ ਤੇ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸਮਝ ਨਾ ਆਂਦੀ ਹੋਵੇ ਠੀਕ ਤਾਂ ਮੈਂ ਜ਼ੀ ਪੰਜਾਬੀ ਨਾਲ ਉਦਾਂ ਮੇਰਾ ਜੁੜਿਆ ਹੋਇਆ ਨਹੀਂ ਸੀ ਮੈਂ ਜ਼ੀ ਨਿਊਜ਼ ਨੈਟਵਰਕ ਵਿੱਚ ਪਿਛਲੇ ਜ਼ਿਆਦਾ ਸਾਲ ਤੋਂ ਹਾਂ ਲੇਕਿਨ ਜ਼ੀ ਪੰਜਾਬੀ ਨਾਲ ਮੈਂ ਜੁੜਿਆ ਹੋਇਆ 1.5 ਸਾਲ ਹੋਇਆ ਜੀ ਤੇ ਤਾਂ ਮੈਨੂੰ ਸੋਚਿਆ ਕਿ ਮੈਂ ਕਿਉਂ ਨਾ ਐਸਾ ਕੁਝ ਉਪਰਾਲਾ ਕੀਤਾ ਜਾਏ ਕਿ ਜਿਹੜੇ ਬੰਦਿਆਂ ਨੂੰ ਸਮਝ ਨਹੀਂ ਆਂਦੀ ਜਿਹੜੇ ਜਿਹੜੇ ਲੋਕ ਜਾਣਦੇ ਨੇ ਸ਼ਰਧਾ ਨਾਲ ਹਸਤਾ ਨਾਲ ਜਾਣਦੇ ਨੇ ਲੇਕਿਨ ਗਿਆਨ ਲੈ ਕੇ ਨਹੀਂ ਆਂਦੇ ਉਹ ਗਿਆਨ ਕਿੱਦਾਂ ਆਏ ਆ ਗੁਰਦੁਆਰੇ ਜਾਣਾ ਕੱਲਾ ਰਸ ਬਣਾ ਰਾਇਆ ਇਸੇ ਗਿਆਨ ਵੀ ਹਾਂ ਉਹ ਜਾਣਾ ਉੱਥੇ 15 ਮਿੰਟ ਚਲੋ ਪਰਮਾਤਮਾ ਨਾਲ ਹੱਥ ਜੋੜਨਾ ਪਰਮਾਤਮਾ ਨਾਲ ਆਪਣੀ ਲਗਨ ਲਗਾਣੀ ਉਹਨਾਂ ਲਗਾ ਕੇ ਆ ਜਾਂਦੇ ਨੇ ਲੇਕਿਨ ਜਿਹੜਾ ਬੰਦਾ ਉੱਥੇ ਬੋਲ ਰਿਹਾ ਹੈ ਜਿਹੜਾ ਉੱਥੇ ਕੀਰਤਨ ਕਰ ਰਿਹਾ ਹੈ ਰਾਗੀ ਜੱਥੜਾ ਆਇਆ ਹੋਇਆ ਹੈ ਉਹ ਜੋ ਜੋ ਕਰ ਰਿਹਾ ਜੋ ਕਰ ਰਿਹਾ ਉਹਦਾ ਫਲ ਕੀ ਮਿਲਿਆ ਹਾਂਜੀ ਤੇ ਫਿਰ ਮੈਂ ਸੋਚੇ ਕਿ ਕੋਨਾ ਇਹੋ ਜੀ ਚੀਜ਼ ਕੁਝ ਕੀਤੀ ਜਾਏ ਕਿ ਜਿਸ ਦੇ ਨਾਲ ਸਭ ਨੂੰ ਚੀਜ਼ਾਂ ਸਮਝ ਆਣ ਤੇ ਇਹ ਵਿਚਾਰ ਮੇਰੇ ਆਇਆ ਫਿਰ ਉਸ ਤੋਂ ਬਾਅਦ ਹੋਲੀ-ਵਲੀ ਚੀਜ਼ਾਂ ਮੈਂ ਆਪਣੀ ਟੀਮ ਨਾਲ ਗੱਲ ਕੀਤੀ ਗੁਰਪ੍ਰੀਤ ਨਾਲ ਗੱਲ ਕੀਤੀ ਬਾਕੀ ਲੋਕ ਬੈਠ ਕੇ ਸਾਂਝੀ ਇੱਕ ਮੀਟਿੰਗ ਕੀਤੀ ਕਿ ਇਹਦੇ ਵਿੱਚ ਹੋਰ ਕੀ-ਕੀ ਹੋ ਸਕਦਾ ਹੈ ਕੀਰਤਨ ਇੱਕ 파ਟ ਹੈਗਾ ਉਹਦਾ ਸਿੱਖਾਂ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਤੇ ਫਿਰ ਗੱਲ ਆਈ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਸੀਗਾ ਸਾਰੀ ਕਿ ਹਰ ਬੰਦਾ ਤੇ ਦਰਬਾਰ ਸਾਹਿਬ ਜਾ ਸਕਦਾ ਬਿਲਕੁਲ ਔਰ ਦੁਨੀਆ ਮਤਲਬ ਜਿੱਥੇ ਵੀ ਪੂਰੀ ਦੁਨੀਆ ਵਿੱਚ ਕੋਈ ਐਸਾ ਦੇਸ਼ ਨਹੀਂ ਹੈ ਜਿੱਥੇ ਕਿ ਸਿੱਖ ਕੌਮ ਨਹੀਂ ਹੈਗੀ ਬਿਲਕੁਲ ਤੇ ਸਾਰੀ ਸਿੱਖ ਕੌਮ ਹਸਤੇ ਦਰਬਾਰ ਸਾਹਿਬ ਉਨਾ ਹੀ ਪ੍ਰਮੁੱਖ ਹੈਗਾ ਤੇ ਕਿਉਂ ਨਹੀਂ ਸਭ ਨੂੰ ਇਹ ਹੁਕਮਨਾਮਾ ਉੱਥੋਂ ਦਾ ਜਿਹੜਾ ਹੈ ਉਹ ਸਭ ਦੇ ਕੋਲ ਪਹੁੰਚਾਇਆ ਜਾਏ ਬਹੁਤ ਸਾਰੀ ਸਿੱਖ ਸੰਗਤਾਂ ਜਿਹੜੇ ਕਿ ਇੰਟਰਨੈਟ ਨਹੀਂ ਦੇਖਦੇ ਸਾਡੇ ਬਜ਼ੁਰਗ ਹਨ ਉਹਨਾਂ ਨੂੰ ਪਤਾ ਵੀ ਨਹੀਂ ਕੰਪਿਊਟਰ ਕਿਦਾਂ ਖੋਲਣਾ ਸਭ ਕੋਲ ਟੈਲੀਵਿਜ਼ਨ ਵੀ ਨਹੀਂ ਹੁੰਦਾ ਕਈ ਵਾਰ ਤੇ ਜੀ ਮਤਲਬ ਕਈ ਚੀਜ਼ਾਂ ਹਨ ਜਿਹਦੇ ਕਿ ਜੋ ਹੋਣੀਆਂ ਚਾਹੀਦੀਆਂ ਉਹ ਨਹੀਂ ਹੋ ਰਹੀਆਂ ਇਦਾਂ ਹੀ ਸਿੱਖਾਂ ਪੂਰੀ ਦੁਨੀਆ ਵਿੱਚ ਸਿੱਖ ਵਸਦੇ ਨੇ ਲੇਕਿਨ ਕੈਨੇਡਾ ਦੇ ਸਿੱਖ ਕੀ ਕਰ ਰਹੇ ਨੇ ਇੰਗਲੈਂਡ ਦੇ ਸਿੱਖ ਕੀ ਕਰ ਰਹੇ ਨੇ ਹਿੰਦੁਸਤਾਨ ਦੇ ਸਿੱਖ ਕੀ ਕਰਨ ਉਹਨਾਂ ਨੂੰ ਇੱਕ ਦੂਸਰੇ ਦਾ ਪਤਾ ਨਹੀਂ ਹੈ ਬਿਲਕੁਲ ਤੇ ਇਸ ਤਰੀਕੇ ਨਾਲ ਸਾਡੀ ਖਾਲਸਾ ਖਬਰਾਂ ਸੋਚਿਆ ਕਿ ਕਿਉਂ ਨਾ ਖਾਲਸਾ ਖਬਰਾਂ ਕੀਤੀਆਂ ਹਨ ਫਿਰ ਆਇਆ ਕਿ ਬਹੁਤ ਸਾਰੇ ਵਿਚਾਰ ਜਿਹੜੇ ਮੇਰੇ ਮਨ ਵਿੱਚ ਉੱਠਦੇ ਸੀ ਉਹ ਲੋਕਾਂ ਦੇ ਮਨ ਵਿੱਚ ਵੀ ਉੱਠ ਸਕਦੇ ਨੇ ਤੇ ਲੋਗਾਂ ਨੂੰ ਅਸੀਂ ਐਸਐਮਐਸ ਦੇ ਰਾਹੀਂ ਔਰ ਮੇਲ ਦੇ ਰਾਹੀਂ ਔਰ ਚਿੱਠੀਆਂ ਦੇ ਰਾਹੀਂ ਅਸੀਂ ਉਹਨਾਂ ਦੇ ਵਿਚਾਰ ਔਰ ਸਵਾਲ ਉਹਨਾਂ ਦੇ ਅਸੀਂ ਇਨਵਾਈਟ ਕਰਨਾ ਸ਼ੁਰੂ ਕੀਤੇ ਫਿਰ ਸਵਾਲ ਆਇਆ ਕਿ ਇਹ ਅਸੀਂ ਕੋਈ ਐਕਸਪਰਟ ਤੇ ਹੈ ਨਹੀਂ ਧਰਮ ਦੇ ਮਾਹਿਰ ਤੇ ਹੈ ਨਹੀਂ ਅਸੀਂ ਆਫਟਰ ਆਲ ਵੀ ਆਰ ਜਰਨਲਿਸਟ ਤੇ ਅਗਰ ਕੋਈ ਸਵਾਲ ਇਹੋ ਜਿਹਾ ਆਂਦਾ ਹੈ ਜਿਹੜਾ ਕਿ ਅਸੀਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਵੀ ਆ ਹੈਵ ਨੋ ਅਥਾਰਟੀ ਔਨ ਰਿਲੀਜੀਅਨ ਬਿਲਕੁਲ ਸੋ ਵੀ ਨੀਡ ਸਮਬਡੀ ਟੂ ਆਨਸਰ ਦੈਮ ਤਾ ਅਸੀਂ ਸੋਚਿਆ ਫਿਰ ਵੀ ਟਾਕ ਟੂ ਐਸਜੀਪੀਸੀ ਸਿਕਾ ਤੋਂ ਇਹ ਕੌਮ ਦੀ ਸਭ ਤੋਂ ਵੱਡੀ ਸੰਸਥਾ ਹੈਗੀ ਏ ਫਿਰ ਉਹ ਮਨੇ ਗੁਰਦਾਰਪੁਰ ਦਾ ਕਮੇਟੀ ਤੇ ਵੀ ਅਪਰੋਚਡ देम दैट ਵੀ ਆਰ ਗੋਇੰ ਟੂ ਸਟਾਰਟ ਦਿਸ ਟਾਕ ਐਂਡ ਵੀ ਆਰ ਗੋਇੰ ਟੂ ਇਨਵਾਈਟ ਦ ਕੁਐਸ਼ਨਸ ਤੇ ਸਾਨੂੰ ਅਗਰ ਜਵਾਬ ਦੇਣੇ ਹੋ ਤਾਂ ਕੀ ਕਰੀਏ ਤੇ ਦੈਨ ਦੇ ਵਰ ਓਪਨ ਦੇ ਆਰ ਵੈਰੀ ਓਪਨ ਦੇ ਵਰ ਵੈਰੀ ਓਪਨ ਟੂ ਅਸ ਵੀ ਆਰ ਫੋਰਚੂਨੇਟ ਤੇ ਉਹਨਾਂ ਨੇ ਕਿਹਾ ਨਹੀਂ ਜੀ ਤੁਹਾਨੂੰ ਕੋਈ ਵੀ ਅਗਰ ਦਿੱਕਤ ਆਂਦੀ ਏ ਤੇ ਵੀ ਆਰ ਹੇਅਰ ਟੂ ਹੈਲਪ ਯੂ ਤਾਂ ਅਸੀਂ ਜੇ ਇਹੋ ਜਿਹਾ ਸਵਾਲ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਫਾਰਵਰਡ ਕਰ ਦਿੰਦੇ ਹਾਂ ਫਿਰ ਉਹ ਜਵਾਬ ਦੇ ਦਿੰਦੇ ਨੇ ਤੇ ਅਸੀਂ ਅਗਲੇ ਸ਼ੋਅ ਵਿੱਚ ਉਹ ਅਲਾ ਜਵਾਬ ਕਰਦੇ ਹਾਂ ਕੀ ਬਾਤ ਹੈ ਸੰਗਤਾਂ ਹਾਂਜੀ ਤੇ ਇਸ ਤਰੀਕੇ ਨਾਲ ਇਹ ਚੀਜ਼ਾਂ ਹੌਲੀ 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 ਡਵੈਲਪ ਹੋਣੀਆਂ ਗਈਆਂ ਹੋਰ ਉਸ ਤੋਂ ਬਾਅਦ ਅਸੀਂ ਕੋਈ ਐਸਾ ਮੌਕਾ ਨਹੀਂ ਛੱਡਦੇ ਸੀ ਜਿੱਥੇ ਕਿ ਅਸੀਂ ਸਿੱਖ ਸੰਗਤਾਂ ਕੋਲ ਪਹੁੰਚਣਾ ਚਾਹੀਦਾ ਹੈ ਉਹ ਤੁਨਵੇਂ ਜ਼ਿਕਰਯੋਗ ਇੱਕ ਹੈ ਇਥੇ ਹਾਂਜੀ ਕਿ ਪਿਛਲੇ ਸਾਲ ਮਤਲਬ ਇਸੇ ਸਾਲ ਹੋਲਾ ਮਹੱਲਾ ਅਸੀਂ ਲਾਈਵ ਕਵਰ ਕੀਤਾ 4 ਦਿਨ ਪੂਰੇ 17 ਤਰੀਕ ਤੋਂ ਲੈ ਕੇ 20 ਤਰੀਕ ਤੱਕ ਹਾਂਜੀ ਐਂਡ ਆਈ ਮਾਈਸੈਲਫ ਵੈਂਟ देयर ਐਟ ਸਾਢੇ ਨਾਲ ਪੂਰੀ ਟੀਮ ਸੀ 15 ਬੰਦਿਆਂ ਦੀ ਵਿਦ ਉਹ ਵੀ ਵੈਨ ਔਰ ਅਸੀਂ ਸਫਰੇ 5 ਵਜੇ ਸ਼ੁਰੂ ਕਰਦੇ ਸੀ ਉੱਥੋਂ ਲਾਈਵ ਦੇਣਾ ਔਰ ਰਾਤ ਅਸੀਂ 11 ਵਜੇ ਤੱਕ ਲਾਈਵ ਕਰਦੇ ਸੀ ਜਿਸ ਦਿਨ ਤੁਸੀਂ ਪ੍ਰੋਫੈਸਰ ਮਜੀਦ ਸਿੰਘ ਨੇ ਇੰਟਰਵਿਊ ਲੈ ਸੀ ਉਸ ਦਿਨ ਮੈਂ ਉਹਨੂੰ ਕਿਤੇ ਫੋਨ ਕੀਤਾ ਗੁਦਰਤੀ ਜੋ ਕਹਿੰਦੇ ਵੀ ਜੀਪੀ ਜੱਬੀ ਆਲੇ ਕਿਹਾ ਮੈਨੂੰ ਪਤਾ ਇਸ ਦਾ ਤੂ ਜ਼ੀ ਜ਼ੀ ਪੰਜਾਬੀ ਇਜ਼ ਦਾ ਫਰਸਟ ਚੈਨਲ ਇਨ ਦਾ ਹਿਸਟਰੀ ਆਫ ਟੈਲੀਵਿਜ਼ਨ ਚੈਨਲ ਐਂਡ ਇਨ ਦਾ ਹਿਸਟਰੀ ਆਫ ਪੰਜਾਬ ਕਿ ਜਿੰਨੇ ਕਿਸੇ ਨੇ 4 ਦਿਨ ਲਗਾਤਾਰ ਹੋਲਾ ਮਹੱਲਾ ਤੋਂ ਲਾਈਵ ਕੀਤਾ ਤੇ ਗਾਂ ਤੁਸੀਂ ਉਹ ਤਾਂ ਤੁਹਾਨੂੰ ਰਿਸਪੋਨਸਿਵ ਬਹੁਤ ਮਿਲਿਆ ਹੋਗਾ ਗਾਂ ਹੈਗੀ ਵੀ ਜਿਹੜੇ ਹੋਰ ਵੀ ਦਾ ਵਿਸਾਖੀ ਹੁੰਦੀ ਆ ਬਾਕੀ ਹੁੰਦੇ ਨੇ ਦੀਵਾਲੀ ਹੁੰਦੀ ਆ ਹਰਮੰਦਰ ਸਾਹਿਬ ਦੀ ਦੀਵਾਲੀ ਆਪਣੇ ਚ ਰੁੱਕ ਗੱਲ ਆ ਦੀਵਾਲੀ ਕਿ ਉਹ ਵੀ ਲਾਈਵ ਕਰਨ ਦਾ ਕਹਿੰਦੇ ਰੱਦ ਰੱਖ ਦਿਓ ਬਿਲਕੁਲ ਰੱਖਦੇ ਆ ਸਾਨੂੰ ਦੇਖਿਓ ਕੁਝ ਕਿਉਂਕਿ ਸਿੰਸ ਅਸੀਂ ਇੱਕ ਆਰਗੇਨਾਈਜੇਸ਼ਨ ਦਾ ਹਿੱਸਾ ਹਾਂ ਹਾਂਜੀ ਐ ਉਹਦੀ ਚੀਜ਼ਾਂ ਵਿੱਚ ਬਹੁਤ ਸਾਰੀ ਕੋਸਟ ਇਨਵੋਲ ਹੁੰਦੀ ਤੁਹਾਨੂੰ ਪਤਾ ਬਿਲਕੁਲ ਉਹ ਫਿਰ ਉਹ ਦੇਖਣਾ ਪੈਂਦਾ ਹੈ ਕਿ ਉਸ ਕੋਸਟ ਨੂੰ ਅਸੀਂ ਕਿਸ ਤਰ੍ਹਾਂ ਮੀਟ ਕਰ ਸਕਦੇ ਹਾਂ ਕਿਉਂਕਿ ਸਾਡਾ ਆਪਰੇਸ਼ਨ ਦਿੱਲੀ ਤੋਂ ਹੈ ਹਰਬੰਦਰ ਸਾਹਿਬ ਅੰਮ੍ਰਿਤਸਰ ਹੈ 400 500 ਕਿਲੋਮੀਟਰ ਦੀ ਫਾਸਲਾ ਹੈ ਟੀਮ ਨੂੰ ਲੈ ਕੇ ਜਾਣਾ ਫਿਰ ਰਹਿਣਾ ਉੱਥੇ ਫਿਰ ਇੱਕ ਦਿਨ ਲਈ ਕਰਨਾ ਫਿਰ ਆਣਾ ਤੇ ਉਹ ਬਹੁਤ ਸਾਰੀ ਚੀਜ਼ਾਂ ਇਨਵੋਲ ਹੁੰਦੀਆਂ ਲੇਕਿਨ ਹਾਂ ਸਿੱਖ ਸੰਗਤਾਂ ਸਾਥ ਦੇਣਗੇ ਤੇ ਇਹ ਚੈਨ ਹੋਵੇਗਾ ਗਲਤ ਤਾਂ ਉਹੀ ਹੈ ਜੇ ਤੁਸੀਂ ਕੋਈ ਵੀ ਅਦਾਰਾ ਕੋਈ ਕੋਈ ਇਲਾਕਾ ਜੇ ਆਪਣੀ ਗੱਲ ਕਰਵਾਉਣਾ ਚਾਹੁੰਦਾ ਹੈ ਤਾਂ ਉਹਨੂੰ ਉਹਦੇ ਲਈ ਆਪ ਨੂੰ ਚੇਤਨ ਹੋਣਾ ਪਵੇਗਾ ਆਪ ਜਾਗਰਤ ਹੋਣਾ ਪੈਗਾ ਤਾਂ ਹੀ ਗੱਲ ਹੋ ਸਕੇਗੀ ਮੀਡੀਆ ਤੇ ਵੀ ਅਵੇਲੇਬਲ ਹੈ ਗੁਰਪ੍ਰੀਤ ਸਿੰਘ ਜੀ ਜਿਹੜੀ ਖਾਸ ਗੱਲ ਕੋਕ ਆਪਾਂ ਇੱਕ ਓਕਾਰ ਦੀ ਗੱਲ ਕਰ ਰਹੇ ਹਾਂ ਨੇ ਤੁਸੀਂ ਗੁਰਦੁਆਰਾ ਦਰਸ਼ਨ ਦੇ ਉਹਦੀ ਚ ਗੱਲ ਕੀਤੀ ਹੈ ਕਿ ਹਰ ਨਮਾ ਕਿੰਨੇ ਕੁ ਗੁਰਦੁਆਰਿਆਂ ਦੇ ਤੱਕ ਗੁਰਦੁਆਰਾ ਹੁਣ ਤੱਕ ਦਰਸ਼ਨ ਕਰਵਾ ਚੁੱਕੇ ਆਂਦਾ ਅੰਦਾਜ਼ਨ ਜੀ ਮੇਰੇ ਖਿਆਲ ਦੇ ਨਾਲ ਅਸੀਂ ਕਰੀਬ 90 ਗੁਰਦੁਆਰਾ ਸਾਹਿਬ ਮਤਲਬ 100 ਦੇ ਨਜ਼ਦੀਕ ਅਸੀਂ ਪਹੁੰਚ ਚੁੱਕੇ ਹਾਂ ਤੇ ਹਰ ਗੁਰਤਾਂ ਹੁੰਦਾ ਜਿਹੜਾ ਉਹਦਾ ਕੁਛ ਨਾ ਕੁਛ ਅਜੇ ਹੀ ਰੈਲੇਵੈਂਸ ਹੁੰਦੀ ਹੈ ਇਹਨਾਂ ਵਿੱਚੋਂ ਰਣਜੀਤ ਸਿੰਘ ਜੀ ਦੀ ਗੱਲ ਮੈਂ ਕਰਾਂ ਤੇ ਕਾਫੀ ਸਾਰੇ ਗੁਰਤਾਂ ਮਾ ਅਜਿਹੇ ਨੇ ਕਿ ਜਨਾਂ ਬਾਰੇ ਆਮ ਸੰਗਤਾਂ ਨੂੰ ਬਹੁਤ ਘੱਟ ਜਾਣ ਬਹੁਤ ਘੱਟ ਮੈਂ ਆਪੇ ਕੱਲ੍ਹ ਸਿੱਖਿਆ ਸਾਨੂੰ ਕਾਫੀ ਸਾਰੇ ਅਜਿਹੇ ਰਿਸਪੌਂਸ ਮਿਲਦੇ ਨੇ ਕਿ ਇਹ ਗੁਰਤਾਂ ਦੇ ਬਾਰੇ ਅਸੀਂ ਕਦੀ ਸੁਣਿਆ ਹੀ ਨਹੀਂ ਸੀ ਤੇ ਸੰਗਤਾਂ ਦਾ ਬੜਾ ਉਸ ਚੀਜ਼ ਦੇ ਨਾਲ ਜੁੜਦੀਆਂ ਵੀ ਨਹੀਂ ਨੇ ਤੇ ਕਿਹ ਵਾਰੀ ਸਾਨੂੰ ਉਹਨਾਂ ਗੁਰਦੁਆਰਾਂ ਦੇ ਐਡਰੈਸ ਦੇ ਵਾਸਤੇ ਇਹ ਸ਼ੋਹਨ ਸ਼ੁਰੂ ਕਰਨ ਚਾਹਿਆ ਕਦੋਂ ਸ਼ੁਰੂ ਹੋਇਆ ਅਸੀਂ 1 ਜੂਨ ਨੂੰ ਪਿਛਲੇ ਸਾਲ 1 ਜੂਨ ਨੂੰ ਅਸੀਂ ਸ਼ੁਰੂਆਤ ਕੀਤੀ ਸੀ ਤੇ ਹੁਣੇ ਪਿਛਲੇ ਹਾਲੇ ਵਿੱਚ ਅਸੀਂ ਪਹਿਲੀ ਵਾਰੀ ਗੰਢ ਜਿਹੜੀ ਮਨਾਈ 1 ਜੂਨ ਨੂੰ ਤੇ ਇਹ ਆ ਕਿ ਇੱਕ ਸਾਲ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮਕਬੂਲਤਾ ਜਾਂ ਵਡਿਆਈ ਸਤਿਗੁਰ ਨੇ ਦਿੱਤੀ ਹੈ ਕਿਉਂਕਿ ਮੈਂ ਇਹਦੇ ਵਿੱਚ ਸਮਝਦਾ ਕਿ ਸ਼ੋਹ ਧਾਰਮਿਕ ਹੈ ਤੇ ਧਰਮ ਦੀ ਗੱਲ ਜਿਹੜੀ ਹੈ ਨਾ ਉਹ ਫਿਰ ਉਸੇ عقیده ਦੇ ਵਿੱਚ ਹੀ ਕੀਤੀ ਜਾਏ ਤੇ ਚੰਗੀ ਲੱਗਦੀ ਹੈ ਕਿਉਂਕਿ ਗੱਲ ਸਾਡੀ ਨਹੀਂ ਅਸੀਂ ਤਾਂ ਇੱਕ ਕਨਵੇਅਰ ਆ ਗੱਲ ਕਰ ਰਹੇ ਨੇ ਮੀਡੀਆ ਦੀ ਅਸੀਂ ਸਿਰਫ ਮੀਡੀਆ ਇਹ ਮੈਸੇਜ ਗੁਰੂ ਨਾਨਕ ਸਾਹਿਬ ਦਾ ਹੈ ਮੈਸੇਜ ਗੁਰੂ ਗ੍ਰੰਥ ਸਾਹਿਬ ਦਾ ਤੇ ਮੈਸੇਜ ਪਹਿਲੇ ਪਗੰਬਰਾਂ ਦਾ ਤੁਸੀਂ ਗੱਲ ਬੜੀ ਪੈ ਗਈ ਕਿ ਜਦੋਂ ਧਰਮ ਦੀ ਗੱਲ ਕਰਨੀ ਹੈ ਉਸੇ عقیده 'ਚ ਕੀਤੀ ਜਾਵੇ ਤੇ ਤਾਂ ਬਹੁਤ ਵਧੀਆ ਤੇ ਅਕੀਦਾ ਨੂੰ ਜੋੜਨਾ ਚਾਹਾਂਗਾ ਇਹ ਗੱਲ ਗੁਰੂ ਘਰ ਦੀ ਗੱਲ ਹੋ ਰਹੀ ਸੀ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾਂਦਾ ਹਾਂ ਹਾਂਜੀ ਕਦੀ ਖਿਆਲ ਨਹੀਂ ਆਉਂਦਾ ਇੱਕ ਦਿਨ ਅ ਅਸੀਂ ਪ੍ਰੋਗਰਾਮ ਕੀਤਾ ਗੁਰੂ ਘਰ ਦਾ ਗੁਰਦੁਆਰਾ ਬੰਗਲਾ ਸਾਹਿਬ ਤੇ ਹਾਂਜੀ ਤਾਂ ਕਿ ਮੈਂ ਗੁਰਪ੍ਰੀਤ ਨਾਲ ਸ਼ੇਅਰ ਕੀਤੀ ਡਿਸਕਸ ਕੀਤਾ ਸੀ ਉਹ ਜਿਸ ਤਰ੍ਹਾਂ ਅਸੀਂ ਗੁਰਕਾੜ ਕੀਤਾ ਉਸ ਤੋਂ ਬਾਅਦ ਮੈਂ ਦੁਸਤ ਸਮਾਜੇ ਵਿਚਰਦੇ ਆ ਅਸੀਂ ਲੋਕ ਕੱਲ ਥਾਂ ਥਾਂ ਤੇ ਲੋਕ ਮਿਲਦੇ ਸਾਨੂੰ ਮੈਨੂੰ ਕਈ ਸਿੱਖ ਪਰਿਵਾਰਾਂ ਦੇ ਬੱਚਿਆਂ ਨੇ ਮੈਨੂੰ ਕਿਹਾ ਕਹਿੰਦੇ ਸਾਨੂੰ ਤੁਹਾਡੇ ਪ੍ਰੋਗਰਾਮ ਦੀ ਰਾਹੀਂ ਪਤਾ ਚੱਲਿਆ ਹੈ ਕਿ ਬੰਗਲਾ ਸਾਹਿਬ ਦੀ ਹਿਸਟਰੀ ਕੀ ਹੈ ਔਰ ਬੰਗਲਾ ਸਾਹਿਬ ਨੂੰ ਬੰਗਲਾ ਸਾਹਿਬ ਕਿਉਂ ਕਹਿੰਦੇ ਨੇ ਜੀ ਬਾਤ ਉਸ ਤੋਂ ਜਿਹੜੀ ਜੁਣੀ ਹੋਈ ਹਿਸਟਰੀ ਰਾਜਾ ਦੀ ਹੈਗੀ ਸੀ ਹੈ ਨਾ ਉਹਨਾਂ ਦੇ ਗੁਰੂ ਜੀ ਨੂੰ ਉੱਥੇ ਜਗ੍ਹਾ ਦਿੱਤੀ ਤੇ ਉਹਨਾਂ ਦੇ ਉਹਦੀ ਰਾਣੀ ਉਹ ਰਹੀ ਸੀ ਮੇ ਕੰਮ ਫੋਲੋਅਰ ਹੈਗੀ ਸੀ ਡਿਸਾਈਪਲ ਸੀ ਤੇ ਉਹ ਕਹਾਣੀ ਜਦ ਅਸੀਂ ਆਪਣੇ ਚੈਨਲ ਦੇ ਰਾਹੀਂ ਦੱਸਾਈ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਚੱਲਿਆ ਦਿੱਲੀ ਦੇ ਲੋਕਾਂ ਦੀ ਗੱਲ ਕਰਦਾ ਮੈਂ ਤੁਹਾਨੂੰ ਜੀ ਤੇ ਬਹੁਤ ਸਾਰੇ ਗੁਰਦਾਰਾ ਗੁਰੂ ਘਰ ਆ ਗਏ ਨੇ ਜਿਹੜੇ ਕੀ ਪ੍ਰਮੁੱਖ ਹੈਗੇ ਜੀ ਦਰਬਾਰ ਸਾਹਿਬ ਹੈ ਜਾਂ ਅਨੰਦਪੁਰ ਸਾਹਿਬ ਹੈ ਆਪਣੇ ਬਾਕੀ ਜਿੰਨੇ ਤਾਕਤ ਹੈਗੇ ਉਹਨਾਂ ਦੀ ਤੇ ਲੋਕਾਂ ਨੂੰ ਪਤਾ ਹੈ ਲੇਕਿਨ ਜਿਹੜੇ ਬਹੁਤ سارے ਗੁਰੂ ਘਰ ਹੈਗੇ ਜਿੱਥੇ ਗੁਰੂਆਂ ਦੇ ਚਰਨ ਛੂਪਾਪਤ ਹੈ ਜਿਨ੍ਹਾਂ ਨੂੰ ਜਿੰਨੇ ਗੁਰੂ ਘਰਾਂ ਨੂੰ ਉਹਨਾਂ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਜੀ ਹਾਂ ਨਾ ਬਸ ਛੋਟੇ ਛੋਟੇ ਗੁਰਦੁਆਰੇ ਬਿਲਕੁਲ ਛੋਟੇ ਛੋਟੇ ਗੁਰਦੁਆਰੇ ਕਿੰਨੇ ਸਨ ਗੁਰਗੋਬਿੰਦ ਸਿੰਘ ਜੀ ਆਏ ਸੀ ਹਿਮਾਚਲ ਤੋਂ ਬਿਲਾਸਪੁਰ ਤੋਂ ਇਸ ਟਾਈਮ ਯੋਧ ਲੜਕੇ ਤੇ ਉਹ ਨਾੜਾ ਸਾਹਿਬ ਰੁਕੇ ਸੀ ਉੱਤੇ ਨਾਣਾ ਸ਼ਾਹ ਦੇ ਉਹਨਾਂ ਨੇ ਸੇਵਾ ਕੀਤੀ ਸੀ ਵੀ ਨਾਣਾ ਸਾਹਿਬ ਗੁਰਦੁਆਰਾ ਬਣੇ ਉੱਥੇ ਉਸ ਤੋਂ ਬਾਅਦ ਸੈਕਟਰ 35 ਜਿਹੜਾ ਹੁਣ ਕਹਿੰਦੇ ਚੰਡੀਗੜੀ ਗੁਰਦੁਆਰਾ ਹੈ ਉੱਥੇ ਉਹਨਾਂ ਉਹਨਾਂ ਨੇ ਆਰਾਮ ਕੀਤਾ ਸੀ ਫਿਰ ਉਹ ਅੰਬ ਸਾਹਿਬ ਉੱਥੇ ਉਹਨਾਂ ਨੇ ਆਰਾਮ ਕੀਤਾ ਬਹਾਲੀ ਗੁਰਦੁਆਰੇ ਤੇ ਇਹੋ ਜਿਹੇ ਛੋਟੇ-ਛੋਟੇ ਕਈ ਗੁਰਦੁਆਰੇ ਜਿਨ੍ਹਾਂ ਦੀ ਅਸੀਂ ਜਸਟ ਟਾਈਮ ਅਸੀਂ ਉਹਨਾਂ ਦੀ ਕਹਾਣੀ ਦੱਸਦੇ ਹਾਂ ਨਾ ਤੋਂ ਆਥੈਂਟਿਕ ਕਰਦੀ ਹੈ ਕਿ ਕਿੰਨੇ ਸਾਡੇ ਗੁਰੂਆਂ ਦੀ ਕਹਾਣੀ ਕਿੰਨੀ ਆਥੈਂਟਿਕ ਹੈਗੀ ਹੈ ਕਿਉਂਕਿ ਉਹ ਉਹ ਸਿਰਫ ਬਿਲਡਿੰਗਾਂ ਨਹੀਂ ਹਨ ਉਹ ਤਾਂ ਉਹ ਕਿਆਸ ਲੈ ਕੇ ਬਿਠੇ ਹੋ ਗਏ ਔਰ ਇਸ ਗੱਲ ਦਾ ਜਿਹੜੇ ਕਈ ਲੋਕ ਕਹਿ ਦਿੰਦੇ ਆ ਕਿ ਸਿੱਖਾਂ ਦਾ ਇਤਿਹਾਸ ਕੋਈ ਬਹੁਤ ਗੱਲ ਹੈ ਅੱਜ ਕੱਲ ਇਹ ਅੱਜ ਕੱਲ ਸੁਭਾਈ ਹੋ ਗਿਆ ਕਿ ਸਿੱਖਾਂ ਦਾ ਜੀ ਇਤਿਹਾਸ ਪ੍ਰਮਾਣਿਤ ਨਹੀਂ ਹੈ ਤੇ ਪਰ ਮੈਂ ਕਹ ਜਿਹੜੀ ਕਹਿਣਾ ਹੁੰਦਾ ਕਿ ਸਿੱਖਾਂ ਨਾਲੋਂ ਕਿਉਂਕਿ ਬੜੀ ਨਵੀਂ ਕੌਮ ਹੈ ਬੜੀ ਛੋਟੀ ਉਮਰ ਹੈ ਕੌਮ ਦੀ ਕੌਮ ਦੇ ਤੌਰ ਤੇ 300 ਸਾਲ ਦਾ ਸਾਰਾ ਸਮਾਂ ਗੁਰੂ ਸਾਹਿਬ ਨੂੰ ਇੱਥੋਂ ਗਿਆ ਹੋਇਆ ਅਜੇ ਸਰੀਰਕ ਤੌਰ ਤੇ ਗਿਆਨ ਹੋਇਆ ਔਰ ਸਾਡੇ ਕੋਲ ਜਿਹੜੇ ਨਿਸ਼ਾਨ ਪੈ ਨੇ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਨਗਰ ਨਗਰ ਦੇ ਵਿੱਚ ਨਿਸ਼ਾਨ ਪੈ ਨੇ ਗੁਰਦੁਆਰੇ ਜਿਹੜ ਇਤਿਹਾਸ ਦੀ ਪ੍ਰਮਾਣਿਕਤਾ ਦਾ ਸਬੂਤ ਨਿਸੋ ਇਤਿਹਾਸ ਪ੍ਰਮਾਣਿਕਤਾ ਇੱਕ ਤਰ੍ਹਾਂ ਦਾ ਤੇ ਉਹ ਜੀ ਪੰਜਾਬੀ ਇਹ ਜਿਹੜਾ ਕੰਮ ਕਰ ਰਿਹਾ ਇਹ ਬਹੁਤ ਵੱਡਾ ਕੰਮ ਹੈ ਸ਼ਾਇਦ ਜੀ ਪੰਜਾਬੀ ਨੂੰ ਨਾ ਪਤਾ ਹੋਵੇ ਕੋਈ ਕਿੰਨਾ ਵੱਡਾ ਕੰਮ ਕਰ ਰਿਹਾ ਹੈਗਾ ਕਿ ਇਤਿਹਾਸ ਦੀ ਪ੍ਰਮਾਣਿਕਤਾ ਜਿਹੜੀ ਆ ਉਹਦਾ ਉਹਦਾ ਪ੍ਰਮਾਣ ਪੇਸ਼ ਕਰ ਰਿਹਾ ਹੈਗਾ ਬਹੁਤ ਵੱਡੀ ਗੱਲ ਇਹ ਹੈਗੀ ਮੈਂ ਜਿਹੜੀ ਗੱਲ ਕਰ ਰਿਹਾ ਸੁੱਥਿਆ ਜਮਾ ਕਿ ਤੁਸੀਂ ਜਿਹੜੀ ਗੱਲ ਕਹੀ ਕਿ ਕਿਦਾ ਇਹ ਜਦੋਂ ਜਿਹੜੀ ਗੱਲ ਕਰੀਏ ਧਰਮ ਦੀ ਗੱਲ ਕਰਨੀ ਤੁਸੀਂ ਕਿਹਦੇ ਨਾਲ ਕਰਨੀ ਚਾਹੀਦੀ ਤੇ ਤੁਸੀਂ ਐਜੇ ਐਕਟਰ ਬਾਬਾ ਬੰਦਾ ਬਹਾਦਰ ਜੀ ਦਾ ਰੋਲ ਕੀਤਾ ਇਹ ਜੱਸਾ ਸਿੰਘ ਜੀ ਰਾਮਗੜੀਆ ਦਾ ਰੋਲ ਕੀਤਾ ਸਰਦਾਰ ਬਕੀਲ ਸਿੰਘ ਦਾ ਰੋਲ ਕੀਤਾ ਜਿਨ੍ਹਾਂ ਨੇ ਦਿੱਲੀ ਤੇ ਕੇਸਰੀ ਨishan ਸਾਹਿਬ ਨਾਲ ਹਰਾਸ਼ੀ ਇਹ ਇਹ ਰੋਲ ਕਰਦੇ ਆ ਜਦੋਂ ਤੁਸੀਂ ਉਸੇ ਕਿਹਦੇ ਜੁੜਦੇ ਕੀ ਮਹਿਸੂਸ ਹੁੰਦਾ ਕਿ ਬਾਬਾ ਬੰਦਾ ਬਹਾਦਰ ਦੇ ਨੂੰ ਪਿਛੇ ਖੜੇ ਆ ਬਕੀਲ ਸਿੰਘ ਦੇ ਰੂਪ ਚ ਖੜੇ ਆ ਜੱਸਾ ਸਿੰਘ ਰਾਮਗੜੀਆ ਦੇ ਰੂਪ ਚ ਖੜੇ ਆ ਉਹ ਜਿਹੜੇ ਇਤਿਹਾਸ ਦੇ ਬਹੁਤ ਵੱਡੇ ਨਾਇਕ ਆ ਉਹਨਾਂ ਦੇ ਰੂਪ ਚ ਖੜੇ ਆ ਤੇ ਕਿਹਦਾ ਮਹਿਸੂਸ ਹੁੰਦਾ ਅੰਤਲੀ ਅੰਦਰਲੀ ਭਾਵਨਾ ਤਾਂ ਪਹਿਲਾਂ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਲਈਏ ਤੇ ਐਕਚੁਅਲੀ ਉਹਨਾਂ ਦੀ ਸਖਸ਼ੀਤ ਜਿਹੜੀ ਆਪਾਂ ਇਤਿਹਾਸ ਪੜ੍ਹਦੇ ਆ ਜਾਂ ਮਹਿਸੂਸ ਕਰਦੇ ਆ ਤੇ ਕਿਰੋ ਲਫ਼ਜ਼ਾਂ ਦੇ ਬਿਆਨ ਕਰਨਾ ਔਖਾ ਹੋ ਜਾਂਦਾ ਪਰ ਜਿਹੜੀ ਮੇਰੀ ਨਿੱਜੀ ਥੋੜਾ ਜਿਹਾ ਮੇਰਾ ਸੁਭਾਅ ਜਿਹੜਾ ਬੇਸਿਕ ਹੈ ਮੈਂ ਉਦੋਂ ਪਿੱਛੇ ਇੱਕ ਵਾਰੀ ਮੀਡੀਆ ਦੇ ਨਾਲ ਵੀ ਗੱਲ ਹੋਈ ਸੀ ਤੇ ਮੇਰਾ ਸੁਭਾਅ ਕਿ ਮੈਂ ਜ਼ਿਆਦਾਤਰ ਆਮ ਤੌਰ ਤੇ ਜਿਵੇਂ ਚੱਲਾਂ ਵੀ ਨਾ ਤੇ ਮੈਂ ਅੱਖਾਂ ਮੇਰੀਆਂ ਥੋੜੀਆਂ ਨੀਵੀਆਂ ਹੁੰਦੀਆਂ ਨੇ ਤੇ ਮੈਂ ਆਪਣੇ ਉਹਦੇ ਵਿੱਚ ਥੋੜਾ ਜਿਹਾ ਰਹਿਣ ਦੀ ਕੋਸ਼ਿਸ਼ ਕਰਦਾ ਪਰ ਜਦ ਉਸ ਕਰੈਕਟਰ ਦੀ ਗੱਲ ਆਈ ਤੇ ਉਹਦੇ ਵਿੱਚ ਬਹੁਤ ਗਹਿਰਤਾ ਸੀ ਇੰਨੀ ਗਹਿਰਾਈ ਤੇ ਇੱਕ ਚੀਜ਼ ਸੀ ਜਿਹੜੀ ਅੰਦਰ ਮਤਲਬ ਅੰਗਾਰਾ ਸੀ ਇੱਕ ਅੰਦਰ ਅੰਦਰ ਗਹਿਰਤਾ ਤੇ ਗੰਭੀਰਤਾ ਵੀ ਸੀ ਤੇ ਇੱਕਦਮ ਤੇ ਉਸ ਚੀਜ਼ ਨੂੰ ਉਹ ਪ੍ਰਗਟ ਕਰਨ ਕਰਦੇ ਸਨ ਪਰ ਉਹਨੂੰ ਬਾਹਰ ਨਹੀਂ ਸੇ ਆਉਣ ਦਿੰਦੇ ਤੇ ਇਹ ਸਾਰਾ ਕੁਝ ਕਰ ਪਾਉਣਾ ਬੜਾ ਮੁਸ਼ਕਲ ਸੀਗਾ ਤੇ ਕਿਉਂਕਿ ਥੋੜਾ ਜਿਹਾ ਮੈਂ ਬਿਆਨ ਕਰਦਾ ਕਿ ਇਸ ਧਰਮ ਦੇ ਈਕੀਦੇ ਨਾਲ ਕਿਉਂਕਿ ਜਿੰਨੇ ਵੀ ਪ੍ਰੋਜੈਕਟਸ ਕੀਤੇ ਨੇ ਨਾ ਉਹ ਸਾਰੇ ਜ਼ਿਆਦਾਤਰ ਧਾਰਮਿਕ ਲੈਿੰਦੇ ਨੇ ਸਿੱਖੀਜ਼ਮ ਦੇ ਨਰ ਲੇਟਰ ਨੇ ਜਾਂ ਜਿਹੜੇ ਕੀਤੇ ਵੀ ਨੇ ਜੇ ਡਾਇਰੈਕਟਲੀ ਰਿਲੀਜੀਅਸ ਨਹੀਂ ਗੇ ਕੁਝ ਹੋਰ ਹੋ ਪ੍ਰੋਜੈਕਟਸ ਵੀ ਨਹੀਂ ਪਰ ਉਹ ਮਤਲਬ ਇੱਕ ਸਿੱਖੀ ਸਰੂਪ ਦੇ ਨਾਲ ਸੰਬੰਧਿਤ ਜਾਂ ਵਿਚਾਰ ਦੀ ਕਲਾ ਵਾਸਤੇ ਉਹ ਸੰਬੰਧ ਤੇ ਜਦ ਅਸੀਂ ਇਹ ਪ੍ਰੋਜੈਕਟ ਦੀ ਗੱਲ ਆਈ ਤੇ ਹਰਜੀਤ ਸਿੰਘ ਜਿਹੜੇ ਸਾਡੇ ਡਾਇਰੈਕਟਰ ਨੇ ਹਰਜੀਤ ਸਿੰਘ ਉਹੀ ਜਿਹੜੇ ਦੂਰਦਰਸ਼ਨ ਚੋਂ ਦੇ ਸੀ ਇਹ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜੀ ਠੀਕ ਹੈ ਉਹ ਡਾਇਰੈਕਟਰ ਸੀਗੇ ਤੇ ਉਹਨਾਂ ਨੇ ਗੱਲ ਕੀਤੀ ਤੇ ਸਾਡੀ ਥੋੜੀ ਪੁਰਾਣੀ ਅਸੀਂ ਇਕੱਠੇ ਉੱਥੇ ਮਹੌਲੀ ਮਿਲਦੇ ਰਹੇ ਪਹਿਲਾਂ ਉਸ ਤੋਂ ਪਹਿਲਾਂ ਤੇ ਅਸੀਂ ਸ਼ੁਰੂਆਤ ਜਦੋਂ ਕਰਨ ਲੱਗੇ ਤੇ ਗੱਲ ਬੜੀ ਵੱਡੀ ਸੀ ਐਜ਼ ਅ ਐਕਟਰ ਵੇਖੋ ਜੀ ਐਕਟਿੰਗ ਕਰ ਲੈਣੀ ਇੱਕ ਹੋਰ ਗੱਲ ਤੇ ਇੱਕ ਚੀਜ਼ ਉਸ ਚੀਜ਼ ਨੂੰ ਸਾਖਸ਼ਾਤ ਕਰ ਦੇਣਾ ਐਕਟਿੰਗ ਦੇ ਵਿੱਚ ਤੇ ਸਾਖਸ਼ਾਤਤਾ ਦੇ ਵਿੱਚ ਨਾ ਫਿਰ ਅਸੀਂ ਤੇ ਬਈ ਮੈਂ ਲਫਜ਼ ਜਿਹੜਾ ਯੂਜ਼ ਕਰ ਰਿਹਾ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਤੇ ਅਸੀਂ ਅਰਦਾਸ ਕੀਤੀ ਤੇ ਅਰਦਾਸ ਇਹ ਸੀ ਕਿ ਕਿਉਂਕਿ ਉਹ ਇੱਕ ਵਕਰਾ ਸਵਾਲ ਬਣ ਜਾਂਦਾ ਵੀ ਇਹ ਇਸ ਤੱਕ ਇਸ ਅਕੀਦੇ ਦੇ ਵਿੱਚ ਸਾਨੂੰ ਕਿਦਾਂ ਕਿਵੇਂ ਮੈਨੂੰ ਜੁੜਨ ਦਾ ਮੌਕਾ ਮਿਲਿਆ ਜਾਂ ਕਿਵੇਂ ਚੱਲ ਪਰ ਸਾਡੇ ਵਾਸਤੇ ਅਰਦਾਸ ਇਹ ਆ ਕਿ ਜਿੱਦਣਾ ਅਸੀਂ ਗੱਲ ਕਰ ਰਹੇ ਨੇ ਜਿੰਨੂੰ ਅਸੀਂ ਕਹਿ ਰਹੇ ਹਾਂ ਹਵਾ ਚ ਨਹੀਂ ਸੁੱਟ ਰਹੇ ਲਫ਼ਜ਼ ਬਿਲਕੁਲ ਜਿਵੇਂ ਆਪਣੀ ਭਾਵਨਾ ਐਵੇਂ ਅੱਖਾਂ ਮੀਟ ਕੇ ਨਹੀਂ ਕਿਤੇ ਮਾਰ ਰਹੇ ਜਿਹਨੂੰ ਕਹਿ ਰਹੇ ਆ ਉਹ ਸੁਣਨ ਵਾਲਾ ਉਹ ਸੁਣਦਾ ਹੈ ਉਹ ਹਰ ਜਗ੍ਹਾ ਮੌਜੂਦ ਹੈ ਤੇ ਜਦ ਅਸੀਂ ਕਹਿ ਰਹੇ ਹਾਂ ਉਹ ਸੁਣ ਰਿਹਾ ਤੇ ਅਸੀਂ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਮਾਣੇ ਪੰਦੇ ਵਿੱਚ ਕਨਵੇ ਕੀਤੀ ਕਿ ਪਾਤਸ਼ਾਹ ਸਾਡੇ ਵਸ ਦੀ ਨਹੀਂ ਇਹ ਤੇਰਾ ਐਡਾ ਵੱਡਾ ਜਰਨਲ ਪਾਪਾ ਬੰਦਾ ਸਿੰਘ ਬਹਾਦਰ ਜਿਹਦਾ ਨਾਂ ਲੈਣ ਦੇ ਵਿੱਚ ਹੀ ਮਤਲਬ ਵਾਈਬ੍ਰੇਸ਼ਨ ਆਉਂਦੀ ਵਾਈਬ੍ਰੇਸ਼ਨ ਆਉਂਦੀ ਪਾਪਾ ਬੰਦਾ ਸਿੰਘ ਬਹਾਦਰ ਨਾਂ ਜਿਹੜਾ ਤੇ ਅਸੀਂ ਕਿਵੇਂ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰ ਸਕਦੇ ਸਾਡੀ ਔਕਾਤ ਹੀ ਨਹੀਂ ਅਸੀਂ ਤਾਂ ਉਹਨਾਂ ਦੀ ਛਰਨ ਤੋੜੀ ਕਿ ਕਿਨਕੇ ਬਰਾਬਰ ਕਿਨਕੇ ਬਰਾਬਰ ਵੀ ਨਹੀਂ ਪਰ ਇੱਥੇ ਲੋੜ ਹੈ ਰঞ্জੀਤ ਸਿੰਘ ਤੁਸੀਂ ਵੀ ਇਹ ਗੱਲ ਸਮਝਦੇ ਮੇਰੇ ਖਿਆਲ ਕਾਫੀ ਸਾਰੇ ਸੰਗਤ ਸਮਝਿਆ ਲੋੜਾ ਇਹ ਨਹੀਂ ਕਿ ਅਸੀਂ ਪਾਪਾ ਬੰਦਾ ਸਿੰਘ ਬਹਾਦਰ ਵੰਡ ਕੇ ਕੁਝ ਆਪਣੇ ਵਾਸਤੇ ਨਹੀਂ ਐ ਸੋਹਰੇ ਸਾਡੀ ਜ਼ਰੂਰਤ ਹੈ ਕੌਮੀ ਪਦਰ ਤੇ ਉਸ ਚੀਜ਼ ਨੂੰ ਦਿਖਾਇਆ ਜਾਏ ਉਸ ਸਭਾਵਨਾ ਨੂੰ ਲੈ ਕੇ ਫਿਰ ਬੇਨਤੀ ਕੀਤੀ ਕਿ ਮਾਲਕ ਸਾਡੇ ਵਸਦੇ ਨੇ ਤੁਹਾਡੇ ਪਿਆਰੇ ਸੀ ਉਹ ਤੁਸੀਂ ਉਹਨਾਂ ਨੂੰ ਨਵਾਜਿਆ ਤੇ ਹੁਣ ਸਾਡੇ ਤੇ ਮਿਹਰ ਕਰੋ ਕਿ ਆਪ ਹੀ ਵਰਤ ਚੋ ਠੀਕ ਹੈ ਤੁਹਾਨੂੰ ਮਨ ਤੇਰਾ ਸਭ ਗੁਣ ਤੇਰੇ ਕੀ ਬਤ ਮਤਲਬ ਸਰੀਰ ਵੀ ਤੇਰਾ ਤੂੰ ਉੱਥੇ ਵੀ ਹੈ ਇੱਥੇ ਵੀ ਹੈ ਜਿੱਦਾਂ ਤੂੰ ਕਰਨਾ ਕਰ ਲੈ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਵੈਸੇ ਉਹ ਐਕਟਰ ਵਾਸਤੇ ਇਹ ਗੱਲ ਕਈ ਵਾਰੀ ਐਕਟਰ ਆਮ ਤੌਰ ਤੇ ਨਹੀਂ ਕਹਿੰਦੇ ਪਰ ਖੈਰ ਮੈਂ ਉਸ ਟਾਈਪ ਦਾ ਉਹ ਨਹੀਂ ਤੇ ਮੈਂ ਇਹਦੇ ਚੈਕਿੰਗ ਕੀਤੀ ਨਹੀਂ ਜੀ ਠੀਕ ਮੇਰ ਕੋ ਹੋਈ ਵੀ ਨਹੀਂ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਾਂ ਜਦ ਕੁਝ ਸ਼ਾਟ ਸੇਵੇ ਦੇ ਸੀਗੇ ਕਿ ਜਦੋਂ ਸ਼ਾਟ ਲੈ ਰਹੇ ਸੀ ਕਾਫੀ ਵਾਰੀ ਰੀਟੈਕ ਹੁੰਦਾ ਹੈ ਕਈ ਕਈ ਚੀਜ਼ਾਂ ਕਈ ਐਂਗਲ ਤੋਂ ਕਈ ਕੈਮਰਾ ਲੌਂਗ ਲੈਣਾ ਕਲੋਜ਼ ਲੈਣਾ ਸ਼ਾਰਟ ਲੈਣਾ ਇਹ ਉਹ ਤੁਹਾਨੂੰ ਪਤਾ ਹੈ ਕਿ ਕਈ ਐਂਗਲ ਤੋਂ ਚੱਲਦਾ ਰਹਿੰਦਾ ਹੈ ਇੱਕ ਸ਼ਾਟ ਚੱਲ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਟਰਨ ਦੇ ਕੇ ਲੁੱਕ ਦਿੰਦੇ ਆ ਮੈਂ ਇੱਕ ਫਿਕਸ ਫਰੇਮ ਹੋ ਗਿਆ ਉਹ ਲੁੱਕ ਇੱਕ ਫਿਕਸ ਹੋ ਗਈ ਉਹ ਮਨਰ ਕਹ ਲੋ ਉਹਨਾਂ ਨੇ ਅਲੱਗ-ਅਲੱਗ ਗੰਸੋਂ 8 9 ਵਾਰੀ ਉਹ ਲੁੱਕ ਲਈ ਸਾਡੀ ਮੈਂ ਸੋਚਦਾ ਸੀ ਯਾਰ ਬੇਟੇ ਵੱਡੇ ਜਨ ਇੱਕ ਮੇਰੀ ਆਪਣੀ ਪਰਸਨਲ ਫੀਲਿੰਗ ਸ਼ੇਅਰ ਕਰ ਕਿ ਥੋੜਾ ਜਿਹਾ ਗੁੱਸਾ ਹੋਰ ਹੋਣਾ ਚਾਹੀਦਾ ਫੇਸ ਤੇ ਮੈਂ ਅਲੱਗ ਆਪਣੀ ਜਗ੍ਹਾ ਤੇ ਵੀ ਗੁੰੰਦਾ ਗੁੰੰਦਾ ਰਹਿੰਦਾ ਤੇ ਕਰਨ ਵਾਲਾ ਕੁਝ ਆਪਣੀ ਜਗ੍ਹਾ ਤੇ ਕਰ ਜਾਂਦਾ ਪਰ ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਆਈ ਵਾਸ ਨਾਟ ਡੂਇੰਗ ਇਟ ਮੈਂ ਆਪਣੇ ਚਿਹਰੇ ਦਾ ਐਕਸਪ੍ਰੈਸ਼ਨ ਵੀ ਚੇਂਜ ਨਹੀਂ ਕਰ ਪਾਇਆ ਤੇ ਉਹ 10 ਦੀ 10 ਵਾਰੀ ਜਿਹੜੀ ਲੁੱਕ ਦਿੱਤੀ ਮੇਰੇ ਨਾਲ ਸਰਦਾਰ ਸੰਦੀਪ ਸਿੰਘ ਉਹ ਜਿਨ੍ਹਾਂ ਨੇ ਬਾਬਾ ਬਗੇਲ ਅਫਗਾਨਾ ਪਹਿਲਾਂ ਸਾਡੇ ਨਾਲ ਪਹਿਲੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਗੜਗੱਦ ਸਿੰਘ ਦਾ ਸੀਗਾ ਮੇਰੇ ਨਾਲ ਜਦੋਂ ਮੈਂ ਬਗੇਲ ਸਿੰਘ ਦਾ ਕੀਤਾ ਉਹ ਗੜਗੱਦ ਸਿੰਘ ਦਾ ਕੀਤਾ ਤੇ ਹੁਣ ਵੀ ਉਹ ਸਾਡੇ ਨਾਲ ਭਾਈ ਵਿਨੋਦ ਸਿੰਘ ਜੀ ਦਾ ਕਿਰਦਾਰ ਉਹਨਾਂ ਨੇ ਕੀਤਾ ਤੇ ਉਹ ਵੀ ਇਸ ਚੀਜ਼ ਨੂੰ ਨੋਟ ਕਰਦੇ ਰਹੇ ਕਿ ਨਾਰਮਲੀ ਕੋਈ ਵੀ ਟੇਕ ਦੇਣ ਲੱਗਾ ਇੱਕ ਇੰਨੀ ਜ਼ਿਆਦਾ ਕੰਸਿਸਟੈਂਸੀ ਨਹੀਂ ਆਉਂਦੀ ਤੇ ਮੈਂ ਤਾਂ ਇਹੀ ਕਹਿਣਾ ਕਿ ਕੋਈ ਸਤਗੁਰੂ ਦੀ ਕਿਰਪਾ ਉਹਦੀ ਰਹਿਮਤ ਸੀਗੀ ਉਹਨੇ ਇਹ ਸਾਰਾ ਕੁਝ ਆਪ ਕਰਵਾ ਲਿਆ ਤੇ ਜਿਹੜੀ ਫੀਲ ਆਈ ਉਸ ਤੋਂ ਬਾਅਦ ਉਹ ਖੁਦ ਅਸੀਂ ਮੈਂ ਖੁਦ ਇਹ ਦੇਖ ਕੇ ਹੈਰਾਨ ਰਹਿ ਜਨਾ ਕਿ ਇਹ ਕਿਵੇਂ ਸਾਰਾ ਕੁਝ ਤੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਭਾਵਨਾ ਹੈ ਉਹਨਾਂ ਦੇ ਵਾਸਤੇ ਉਹ ਛੋਟੇ ਸਾਹਿਬਜ਼ਾਦੇ ਕੀ ਨੇ ਠੀਕ ਹੈ ਨਾ ਹਾਂ ਇੱਕ ਬੰਦਗੀ ਮੈਂ ਸਮਝਦਾ ਕਿ ਉਹ ਬੰਦਗੀ ਉਹਨਾਂ ਦੇ ਅੰਦਰ ਕਾਫੀ ਇਕੱਠੀ ਹੋਈ ਹੋਈ ਸੀ ਤੇ ਉਹ ਇਕੱਠੀ ਹੋਣ ਤੋਂ ਬਾਅਦ ਉਹ ਸ਼ੈਤਾਨੀ ਦਾ ਰੂਪ ਧਾਰਨ ਕਰ ਚੁੱਕੀ ਸੀ ਕਿ ਚੰਚਲਤਾਈ ਵੀ ਆ ਗਈ ਆ ਚੁੱਕੀ ਸੀ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚੈਨਲਾਈਜ਼ ਕੀਤਾ ਉਸ ਪਾਵਰ ਨੂੰ ਤੇ ਉਹ ਪਾਵਰ ਕਿੰਨੀ ਜ਼ਬਰਦਸਤ ਸੀ ਤੇ ਕਿਦਾਂ-ਕਿਦਾਂ ਸਹਿਜ ਕਿੰਨਾ ਸੀ ਹੁਣ ਸਰਹੰਦ ਦੇ ਨਾਲ ਸਿੱਧੀ ਜਾ ਕੇ ਟੱਕਰ ਲੈਣੀ ਕੋਈ ਇੱਕ ਖਾਸ ਤੇ ਖਾਸ ਕਰਕੇ ਅੱਜ ਦੇ ਸਮੇਂ ਦੀ ਗੱਲ ਕਰਨੀ ਬੜੀ ਸੌਖੀ ਲੱਗਦੀ ਹੈ ਪਰ ਉਹਨਾਂ ਸਮਿਆਂ 'ਚ ਜਦੋਂ ਕਿ ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਮੁਗਲ ਹਕੂਮਤ ਹੋਵੇ ਔਰ ਹਿੰਦੁਸਤਾਨ ਨੇ ਪੂਰੇ ਭਾਰਤ ਵਰਸ਼ ਨੇ ਓਡਾ ਵੱਡਾ ਰਾਜ ਨਹੀਂ ਦੇਖਿਆ ਬਾਬਰ ਤੋਂ ਲੈ ਕੇ ਸ਼ੁਰੂ ਹੈ ਬਾਬਰ ਦਾ ਪੁੱਤਰ ਹਮਾਜੂ ਹਮਾਜੂ ਦਾ ਪੁੱਤਰ ਅਕਬਰ ਅਕਬਰ ਦਾ ਪੁੱਤਰ ਜਹਾਂਗੀਰ ਜਹਾਂਗੀਰ ਦਾ ਪੁੱਤਰ ਸ਼ਾਹਜਹਾਂ ਸ਼ਾਹਜਹਾਂ ਦਾ ਪੁੱਤਰ ਔਰੰਗਜ਼ੇਬ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਤੇ ਬਹਾਦਰ ਸ਼ਾਹ ਦੇ ਵਿਰੇਸਰਹਾਂ ਦੀ ਜਿੱਤੀ ਔਰ ਉਸ ਸਮੇਂ ਤੱਕ ਦੁਨੀਆ ਭਰ 'ਚ ਕੋਈ ਓਡੀ ਹਕੂਮਤ ਨਹੀਂ ਸੀ ਜਿੱਡੀ ਮੁਗਲ ਬੰਗਲਾਦੇਸ਼ੀ ਤਕਰੀਬਨ ਤਿੱਬਤ శ్రీలంਕਾ ਇੱਕ ਤਰ੍ਹਾਂ ਦਾ ਸਿੱਧਾ ਜਿਆ ਸਿੱਧੇ ਤੌਰ ਤੇ ਕਰ ਦਿਆ ਕਰਦੇ ਸਨ ਇਹਨਾਂ ਹਕਮਤਨਾਂ ਅਖਬਾਰ ਦੇ ਸਮੇਂ ਦੇ ਵਿੱਚ ਔਰ ਉੱਥੋਂ ਜਾ ਕੇ ਸਰਹਾਂ ਦੀ ਜਿੱਤ ਲੈਣੀ ਔਰ ਸਦੀਆਂ ਬਾਅਦ ਸ਼ਾਇਦ ਤੋਂ ਹਿੰਦੁਸਤਾਨੀ ਲੋਕਾਂ ਦੀ ਪਹਿਲੀ ਜਿੱਤ ਪਹਿਲੀ ਜਿੱਤ ਸੀ ਐਸੀ ਜਿਹੜੀ ਜਿੱਤ ਦਰਸਾਉਂਦੀ ਤੇ ਉਸ ਗੱਲ ਨੂੰ ਫਲਵਾਉਣਾ ਕਿ ਇਹ ਸਖੀ ਗੱਲਤ ਨਹੀਂ ਹਾਂ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੈਜ਼ੈਂਸ ਜਿਹੜੀ ਸੀ ਹਾਂਜੀ ਕਿਉਂਕਿ ਇਹ ਫਤਿਹ ਜਿਹੜੀ ਹੈ ਗੁਰੂ ਸਾਹਿਬ ਨੇ ਜਿਹੜੀ ਖਾਲਸੇ ਨੂੰ ਬਖਸ਼ੀ ਸੀ ਹਾਂਜੀ ਉਹ ਫਤੇ ਜਿਹੜੀ ਉੱਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿਖਾਇਆ ਜਾ ਸਕਦਾ ਫੇਰ ਵੀ ਉਹਨਾਂ ਦੀ ਪ੍ਰੈਜੈਂਸ ਦਿਖਾਈ ਉਹ ਬਹੁਤ ਵੱਡੀ ਗੱਲ ਦਿਖਾਉਣੀ ਸੀ ਜਾਂ ਉਹਨਾਂ ਦੀ ਜਿਹੜੀ ਜਦੋਂ ਗੁਰੂ ਵਰਤਦਾ ਹਾਂਜੀ ਸੋ ਗੁਰੂ ਉਸ ਸਮੇ ਵਰਤਿਆ ਠੀਕ ਉਸ ਸੀਜ਼ ਨੂੰ ਦਿਖਾਉਣ ਦੇ ਵਿੱਚ ਕੋਸ਼ਿਸ਼ ਕੀਤੀ ਪਰ ਅਜੇ ਹੋ ਸਕਦਾ ਹੈ ਕਾਫੀ ਸਾਰੀਆਂ ਆ ਕੁਝ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਹੁੰਦੀਆਂ ਆਖੇ ਨਹੀਂ ਜਾ ਸਕਦੀਆਂ ਮਹਿਸੂਸੀਆਂ ਜਾ ਸਕਦੀਆਂ ਹੁੰਦੇ ਆਪਾਂ ਦੇਖ ਰਹੇ ਆ ਸਰਦਾਰ ਗੁਰੂ ਕ੍ਰਿਸ਼ਨ ਦੇ ਚਿਹਰੇ ਤੋਂ ਮਹਿਸੂਸੀਆਂ ਜਾ ਰਹੀਆਂ ਨੇ ਆਪਣੇ ਆਪ ਇੱਕ ਵਾਈਬ੍ਰੇਸ਼ਨ ਹੁੰਦੀ ਆ ਜਦੋਂ ਤੁਸੀਂ ਗੁਰੂ ਦੀ ਗੱਲ ਕਰਦੇ ਜੇ ਅੰਦਰੋਂ ਜੁੜੇ ਹੋਈਏ ਤਾਂ ਉਹ ਵਾਈਬ੍ਰੇਸ਼ਨ ਆਪਾਂ ਸਾਰੇ ਮਹਿਸੂਸ ਕਰ ਰਹੀ ਹੋਈ ਸ਼ਾਇਦ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਅਰੇ ਮੈਂ ਖਾਸ ਤਰਤੇ ਕਿਉਂਕਿ ਤੁਹਾਨੂੰ ਉਹ ਜਿਹੜੀ ਗੱਲ ਕਹੀ ਨਹੀਂ ਜਾ ਸਕਦੀ ਉਹ ਤੇ ਬਾਹਰ ਕਰ ਲਵਾਂ ਇੱਕ ਓੰਕਾਰ ਤੋਂ ਸਾਨੂੰ ਕਰਨਾ ਤੁਸੀਂ ਕਹਿੰਦਾ 90 ਜਾਂ 100 ਗੁਰਦੁਆਰੇ ਹੁਣ ਤੱਕ ਇਤਿਹਾਸਿਕ ਜਿਹੜੇ ਦਿਖਾ ਚੁੱਕੇ ਹੁਣ ਤੱਕ ਉਹ ਗੁਰਦੁਆਰੇ ਦੇ ਦਰਸ਼ਨ ਕਰਦੇ ਆ ਉਹ ਗੁਰਦੁਆਰੇ ਦਿਖਾਉਂਦੇ ਆ ਤੇ ਇੱਕ ਓੰਕਾਰ ਨਾਲ ਜੁੜ ਕੇ ਉਹ ਗਿਆਨ ਜਿਹੜਾ ਮੂਲਾ ਗਿਆਨ ਵੰਡਿਆ ਗਿਆ ਉਹ ਗਿਆਨ ਵੰਡਿਆ ਗਿਆ ਤੇ ਗਿਆਨ ਜਦੋਂ ਵੰਡਦੇ ਗਿਆਨ ਵਾਧਾ ਤੁਹਾਡੇ ਅੰਦਰ ਵੀ ਉਹਨਾਂ ਗਿਆਨ ਗਿਆ ਇੱਕ ਤਾਂ ਮਹਿਸੂਸ ਕਰਦੇ ਉਸ ਤੋਂ ਬਾਅਦ ਵੇਖੋ ਜੀ ਮੈਨੂੰ ਤਾਂ ਐਵੇਂ ਲੱਗਦਾ ਕਿ ਮੇਰੇ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਵੈਸੇ ਇਹ ਪ੍ਰੋਗਰਾਮ ਕਰਨਾ ਵੀ ਇਹਨਾਂ ਆ ਮੈਂ ਜੇ ਆਪਣਾ ਤਾਂ ਸੋਚੀ ਨਾ ਕਿ professionlism ਦੇ ਵਿੱਚ ਇਨਾ ਸੌਖਾ ਨਹੀਂ ਕਿ ਤੁਸੀਂ ਡੇਲੀ ਸਵੇਰੇ ਸਾਢੇ 4 ਵਜੇ ਪਹੁੰਚਣਾ ਤੇ ਡੇਲੀ ਸ਼ੋਅ ਕਰਨਾ ਫਿਰ ਉਹਦੀ ਡੇਲੀ ਤਿਆਰੀ ਕਰਨੀ ਅਗਲੇ ਦਿਨ ਦੀ ਇਹ ਕਾਫੀ ਕੁਛ ਹੈ ਪਰ ਇਹ ਸਤਗੁਰੂ ਦੀ ਕਿਰਪਾ ਕਿਉਂ ਨੇ ਇਹ ਬਲਵੋਦੀ ਬਖਸ਼ ਕੇ ਤੇ ਇੱਕ ਪ੍ਰੋਗਰਾਮ ਰੈਗੂਲਰਲੀ ਕਰਵਾ ਰਹੇ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅੱਛਾ ਹੋਏ ਠੀਕ ਫਿਰ ਇਹਦੇ ਵਿੱਚ ਗੁਰਨਾਨਕ ਸਾਹਿਬ ਦਾ ਜਿਹੜਾ ਸੀਗਾ ਨਾ ਉਹ ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਕਿੰਨੂ ਕਿੰਨੂ ਗੱਲਾਂ ਲਾ ਲਿਆ ਹਾਂਜੀ ਅਸੀਂ ਉਸ ਚੀਜ਼ ਨੂੰ ਜਿੱਥੇ-ਜਿੱਥੇ ਵੀ ਉਹ ਗੁੰਗਾਰ ਖਿਲ ਰਹੀ ਆ ਨਾ ਅਸੀਂ ਉਸ ਚੀਜ਼ ਨੂੰ ਉੱਥੇ ਜਿੱਥੇ-ਜਿੱਥੇ 20 ਪਿਆ ਹੋਇਆ ਹਾਂਜੀ 20 ਪਿਆ ਧਰਤੀ ਦੇ ਵਿੱਚ ਮੌਜੂਦ ਹੈ ਪਰ ਉਹਦੇ ਉੱਤੇ ਕਈ ਚੀਜ਼ਾਂ ਆ ਗਈਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਹਟਾ ਕੇ ਉਸ ਬੀਜ ਨੂੰ ਥੋੜਾ ਜਿਹਾ ਉਹ ਛੱਟਾ ਦੇਣਾ ਚਾਹੁੰਨੇ ਪਿਆਰ ਦਾ ਹਾਂਜੀ ਕਿ ਤੂੰ ਵੀ ਗੁਰੂ ਨਾਨਕ ਦੇ ਉਸ ਪਿਆਰ ਦੇ ਵਿੱਚ ਕਦੀ-ਕਦੀ ਰੰਗਿਆ ਗਿਆ ਸੀ ਆ ਅੱਜ ਫਿਰ ਆਨੰਦ ਮਾਣ ਹੀ ਉਸ ਚੀਜ਼ ਤੇ ਇਸ ਚੀਜ਼ ਨੂੰ ਲੈ ਕੇ ਅਸੀਂ ਬੜੀ ਸੁਹਿਰਦਤਾ ਦੇ ਨਾਲ ਅਸੀਂ ਈਦ ਮਨਾਈਏ ਕੀ ਬਾਤ ਹੈ ਪ੍ਰੋਗਰਾਮ ਇੱਕ ਓਂਕਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਡਾਇਵਰਸਟੀਫਾਈ ਕੀਤਾ ਇਸ ਤੋਂ ਪਹਿਲਾਂ ਖੈਰ ਅਸੀਂ ਮਨਾਇਆ ਸੀ ਭਗਤ ਕਬੀਰ ਜੀ ਦਾ ਜੀ ਭਗਤ ਕਬੀਰ ਜੀ ਦਾ ਅਸੀਂ ਪ੍ਰਕਾਸ਼ ਦੇਵਸ ਮਨਾਇਆ ਅਸੀਂ ਅਲੱਗ ਢੰਗ ਦੇ ਨਾਲ ਮਨਾਇਆ ਹਾਂਜੀ ਅਸੀਂ ਭਗਤ ਕਬੀਰ ਜੀ ਦੇ ਜਿਹੜੇ ਉੱਥੋਂ ਦੇ ਪ੍ਰਮੁਖ ਸੀਗੇ ਨਾ ਕਬੀਰ ਪੰਥੀਆਂ ਦੇ ਮੁਖੀ ਸੀ ਜਿਹੜੇ ਉਸ ਖੇਤਰ ਦੇ ਉਹਨਾਂ ਨੂੰ ਬੁਲਾਇਆ ਅਸੀਂ ਆਪਣੇ ਸਾਰੇ ਭਗਤ ਗੁਰੂ ਸਾਹਿਬ ਬਾਣੀ ਦਾ ਸਾਰਿਆਂ ਦੇ ਬਣਾਉਣਾ ਚਾਹੀਦਾ ਤੇ ਅਸੀਂ ਉਹਨਾਂ ਨੂੰ ਮਤਲਬ ਜਿਹੜੇ ਵੀ ਜੁੜੇ ਆ ਨਾ ਕਿਸੇ ਵੀ ਢੰਗ ਨਾਲ ਜੁੜੇ ਸੀ ਉਹਨਾਂ ਨਾਲ ਜੁੜੇ 바바 ਫਰੀਦ ਦਾ ਸੀ 바바 ਫਰੀਦ ਜੀ ਦਾ ਮਨਾਇਆ ਫਿਰ ਜਦੋਂ ਸੀਦ ਮਨਾਈ ਉਹ ਸਾਡੇ ਨਾਲ ਬੜੇ ਹੀ ਇੱਕ ਸੀਨੀਅਰ ਐਡਵੋਕੇਟ ਸੀਗੇ ਸੁਪਰੀਮ ਕੋਰਟ ਦੇ ਨਾਲ ਹੀ ਬੜੇ ਵਿਦਵਾਨ ਇਸਲਾਮ ਦੇ ਸੀਗੇ ਤੇ ਜਦ ਅਸੀਂ ਗੱਲਾਂ ਕਰ ਰਹੇ ਸੀ ਸਾਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਇੱਕੋ ਹੀ ਫੇਸ ਦੀਆਂ ਗੱਲਾਂ ਕਰ ਰਹੇ ਹਾਂ ਜਿਹੜੀਆਂ ਦੂਰੀਆਂ ਬਣੀਆਂ ਹੋਈਆਂ ਨੇ ਨਾ ਸਾਡੇ ਉੱਤੇ ਕੁਝ ਨੌਲੇਜ ਦੀ ਘਾਟ ਕਰਕੇ ਹਾਂਜੀ ਠੀਕ ਹੈ ਨਾ ਕਈ ਵਾਰੀ ਮੰਨ ਲਓ ਅਸੀਂ ਇੱਥੇ ਬੈਠੇ ਆ ਤੇ ਅਸੀਂ ਅੰਦਰ ਅੰਦਰ ਦੀ ਸਾਨੂੰ ਆਪਣੀ ਗੱਲ ਕਰੀ ਜਾ ਰਹੇ ਹਾਂ ਤੇ ਜੇ ਸਾਰੇ ਅਸੀਂ ਖੂਹਾਂ ਖੂਹਾਂ ਦੇ ਵਿੱਚ ਬਹਿ ਕੇ ਗੱਲ ਕਰਾਂਗੇ ਤੇ ਜੇ ਖੂਹਾਂ ਤੋਂ ਬਾਹਰ ਆ ਕੇ ਵੇਖਾਂਗੇ ਤੇ ਅਸੀਂ ਸਾਰੇ ਇੱਕੋ ਜਗ੍ਹਾ ਤੇ ਆਪੋ ਆਪਣੇ ਦਾਇਰੇ ਚੋਂ ਬਾਹਰ ਨਿਕਲਾਂਗੇ ਤਾਂ ਹੀ ਦੂਜੀ ਜਗ੍ਹਾ ਦਾ ਪਤਾ ਤੇ ਉਹ ਦਾਇਰਾ ਜਦੋਂ ਅਸੀਂ ਤੋੜਿਆ ਤੇ ਐਸੀਆਂ ਗੱਲਾਂ ਸਾਹਮਣੇ ਆਈਆਂ ਕਿ ਇਸਲਾਮੀ ਤਾਂ ਉਹੀ ਕਹਿ ਰਿਹਾ ਗੁਰੂ ਸਾਹਿਬ ਨੇ ਵੀ ਤਾਂ ਉਹੀ ਸਿੱਖਿਆ ਬੇਸਿਕਲੀ ਸਾਡਾ ਜਿਹੜਾ ਇਹ ਗੱਲਾਂ ਨੇ ਬੇਸਿਕਲੀ ਜਿਹੜੇ ਪੈਗੰਬਰ ਆਏ ਉਹ ਤਾਂ ਰੱਬ ਦਾ ਪੈਗਾਮ ਲੈ ਕੇ ਆਏ ਉਹਦੇ ਵਿੱਚ ਥੋੜੀਆਂ-ਬਹੁਤੀਆਂ ਮੋਡੀਫਿ ਹੁਣ ਜੇ ਅਸੀਂ 50 ਸਾਲ ਪਹਿਲੇ ਦੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ ਤੇ ਉਹ ਉਸ ਤੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਿਸਟਮ ਚੇਂਜ ਹੋ ਚੁੱਕੇ ਨੇ ਸ਼ਾਇਦ 100 ਸਾਲ ਪਹਿਲਾਂ ਵਾਲੀ ਸਿੱਖੀ ਅੱਜ ਦੀ ਸਿੱਖੀ ਵੀ ਨਹੀਂ ਹੋ ਰਹੀ ਕਿਉਂਕਿ ਜਿਹੜਾ ਪਹਿਰਾਵਾ ਸੀ ਉਹ ਪਹਿਰਾਵਾ ਨਹੀਂ ਰਿਹਾ ਉਹ ਬੈਠਣ ਦਾ ਤਰੀਕਾ ਨਹੀਂ ਰਿਹਾ ਗੱਲ ਕਰਨ ਦਾ ਤਰੀਕਾ ਨਹੀਂ ਰਿਹਾ ਬੋਲੀ ਬਦਲ ਰਹੀ ਹੈ ਮਤਲਬ ਸਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਕਿ ਧਰਮ ਜਿਹੜੇ ਉਹ ਨਫ਼ਰਤ ਫੈਲਾਉਣ ਦੇ ਨਹੀਂ ਹੈ ਮੀਡੀਆ ਵੀ ਜਾਂ ਪਹਿਲਾਂ ਵਿੱਚ ਗੱਲ ਕੀਤੀ ਸੀ ਇਹ ਧਰਮ ਤੇ ਮੀਡੀਆ ਦਾ ਕਿਸ ਮੇਲ ਹੈ ਇਹ ਵੀ ਇੱਕ ਹੈ ਕਿ ਜਿਹੜੀ ਧਰਮਾਂ ਦੇ ਨਾਂ ਤੇ ਦੂਰੀਆਂ ਲੋਕਾਂ ਨੇ ਕੁਝ ਸ ਹਾਂਜੀ ਕਿਉਂਕਿ ਜਿਹੜਾ ਏਕ ਓਂਕਾਰ ਪ੍ਰੋਗਰਾਮ ਹੈ ਉਹਦੇ ਵਿੱਚ ਖਾਸ ਤਰ੍ਹਾਂ ਜੀ ਗੱਲ ਕਿਤਾ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਗਏ ਚਰਨ ਧੂੜ ਤੇ ਮੈਨੂੰ ਇੱਕਦਮ ਉਹ ਪ੍ਰੋਗਰਾਮ ਤੁਹਾਡਾ ਏਕ ਓਂਕਾਰ ਵਾਲਾ ਕਲਿੱਕ ਕਰਕੇ ਸ਼ਹਿਦ ਸੋਨ ਲਾਲ ਸੀ ਇਹ ਜਿਹਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਨਵੀਂ ਰਿਸਰਚ ਕੀਤੀ ਕਿ ਰੋਮ ਤੱਕ ਵੀ ਗਏ ਹੈਗੇ ਆ ਉਹ ਪ੍ਰੋਗਰਾਮ ਜਦੋਂ ਤੁਸੀਂ ਪਹਿਲਾਂ ਨਹੀਂ ਕੀਤਾ ਹੋਊਗਾ ਮੈਂ ਜਦੋਂ ਦੇਖਿਆ ਮੈਨੂੰ ਬੜਾ ਵੀ ਮੇਰੇ ਲਈ ਬੜੀ ਨਵੀਂ ਗੱਲ ਸੀ ਤੁਹਾਨੂੰ ਕਿੱਦਾਂ ਲੱਗਾ ਕਿਉਂਕਿ ਦੋ ਤਿੰਨ ਮੈਨੂੰ ਤੁਹਾਡੇ ਕੋਲ ਆਇਆ ਉਹ ਬੰਦਾ ਨਹੀਂ ਅਸੀਂ ਦੇਖੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਵੀ ਕਿਸੇ ਕੋਲ ਕੋਈ ਅਸੀਂ ਨੌਲੇਜ ਪਈ ਹੈ ਜਿਹੜੀ ਕਿ ਸਿਕਸ ਸੰਤਾਂ ਦੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ ਖੋਜ ਕੀਤੀ ਗਈ ਪਰ ਉਹ ਖੋਜ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਸਾਨੂੰ ਮਿਲਦਾ ਹੈ ਅਸੀਂ ਉਹਨੂੰ ਬੁਲਾ ਕੇ ਉਹ ਜਿਹੜੇ ਨੌਲੇਜ ਆ ਉਹ ਲੋਕਾਂ ਤੱਕ ਪਹੁੰਚਾਈ ਜਾ ਸਕੇ ਤੇ ਸਾਡੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਖੋਜਾਂ ਨੇ ਜੋ ਵੀ ਸਾਡੇ ਕੋਲ ਮੌਜੂਦ ਹੈ ਕਾਫੀ ਕੁਝ ਮੌਜੂਦ ਹੈ ਤੇ ਕਾਫੀ ਕੁਝ ਲੱਭਣ ਵਾਲਾ ਵੀ ਹੈ ਪਰ ਅਸੀਂ ਇੱਕ ਪੋਜ਼ਿਟਿਵ ਐਟੀਟਿਊਡ ਲੈ ਕੇ ਚੱਲਦੇ ਹਾਂ ਅਸੀਂ ਜਿਹੜਾ ਸਾਨੂੰ ਸਤਗੁਰਾਂ ਨੇ ਬਖਸ਼ਿਆ ਸ਼ੋਹਲਾਲ ਜੀ ਨੇ ਕਿੱਥੇ ਕਿੱਥੇ ਦੱਸਿਆ ਗੁਰਨਾਨ ਸਿੰਘ ਗਾਇ ਜੇ ਤੁਹਾਨੂੰ ਯਾਦ ਹੋਵੇ ਜਵਾਨੀ ਕਿਉਂਕਿ ਤੁਸੀਂ ਸ਼ੋਕੀ ਸਾਰੇ ਕੀਤੇ ਜਿੰਨਾ ਕੋਈ ਯਾਦ ਹੈ ਉਹਨਾਂ ਕੋ ਕਿਉਂਕਿ ਯੂਕੇ ਤੇ ਯੂਰਪ ਦੀਆਂ ਸੰਗਤਾਂ ਲਾਈਵ ਦੇਖ ਰਹੀਆਂ ਨੇ ਔਰ ਇੰਟਰਨੈਟ ਦੇ ਉੱਤੇ ਸੰਸਾਰ ਭਰ ਦੇ ਵਿੱਚ ਤੁਹਾਨੂੰ ਸੁਣਿਆ ਜਾ ਰਿਹਾ ਦੇਖਿਆ ਜਾ ਰਿਹਾ ਤੇ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਤੁਜੀ ਪੰਜਾਬੀ ਦਾ ਸ਼ੋਹਣਾ ਦੇਖਿਆ ਯੂਕੇ ਦੇ ਯੂਰਪ ਦੇ ਵਿੱਚ ਇਹ ਕਿੱਥੇ ਕਿੱਥੇ ਗੁਰਨਾਨ ਸਿੰਘ ਗਾਇ ਸੁਣਨ ਦਾ ਜਿੰਨਾ ਕੋਈ ਤੁਹਾਨੂੰ ਯਾਦ ਹੈ ਬੇਸ਼ੱਕ ਉਹ ਗੱਲ ਕੀਤੀ ਹੈ ਭਾਰਤ ਦਾ ਤਾਂ ਮੇਰੇ ਖਿਆਲ ਕੋਈ ਹਿੱਸਾ ਜਿਹੜਾ ਕੋਈ శ్రీలంਕਾ ਤੱਕ ਲੈ ਲੀਏ ਤੇ ਇਧਰੋਂ ਮੱਕੇ ਤੱਕ ਬੜਾ ਮਸ਼ਹੂਰ ਹੈ ਮੱਕੇ ਤੱਕ ਮਸ਼ਹੂਰ ਹੈ ਤੁਰਕੀ ਦੀ ਗੱਲ ਕਰ ਲਈਏ ਤੁਰਕੀ ਦੇ ਵਿੱਚ ਉਹ ਬੜੀਆਂ ਥਾਵਾਂ ਤੇ ਗਿਆ ਇਵਨ ਕੋ ਸਾਊਥ ਅਫريقيا ਦੇ ਵਿੱਚ ਵੀ ਕਾਫੀ ਸਾਰੇ ਰਸ਼ੀਆ ਦਾ ਬਾਕੂ ਦਾ ਜਿਹੜਾ ਮੰਦਰ ਹੈ ਕੋ ਨਾ ਸਕਦਾ ਜਿਹੜੀ ਬੁੱਕ ਸੀਗੀ ਗੁਰੂ ਨਾਨਕ ਸਾਹਿਬ ਦਾ ਜਦੋਂ 500 ਸਾਲਾ ਪ੍ਰਕਾਸ਼ਪ੍ਰੂਪ ਸੀਗਾ ਉਦੋਂ ਖੋਜ ਕੀਤੀ ਗਈ ਇਸ ਦੇ ਉੱਤੇ ਪੰਜਾਬ ਯੂਨੀਵਰਸਿਟੀ ਤੋਂ ਵੀ ਖੋਜ ਕੀਤੀ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਖੋਜ ਕੀਤੀ ਕਿ ਉਹਨਾਂ ਤੱਥਾਂ ਦੇ ਉੱਤੇ ਆਧਾਰਿਤ ਹੈ ਸਾਰੀ ਖੋਜ ਕਿ ਕੁਝ ਅੰਸ਼ ਉੱਥੇ ਵੀ ਮੌਜੂਦ ਨੇ ਕਿ ਜਦ ਗੁਰੂ ਨਾਨਕ ਸਾਹਿਬ ਨੇਲ ਨਦੀ ਦੇ ਨਾਲ-ਨਾਲ ਵੀ ਗਏ ਨੇ ਉੱਥੇ ਵੀ ਅੰਸ਼ ਮੌਜੂਦ ਨੇ ਤੁਰਕੀ ਦੇ ਵਿੱਚ ਕਾਫੀ ਸਾਰੇ ਅੰਸ਼ ਮੌਜੂਦ ਨੇ ਸੋ ਇਹ ਜਿਹੜੀਆਂ ਕਾਫੀ ਸਾਰੀਆਂ ਖੋਜਾਂ ਹਰਪਾਲ ਸਿੰਘ ਕੈਨੇਡਾ ਵਿੱਚ ਬੈਠੇ ਨੇ ਉਹਨਾਂ ਵੱਲੋਂ ਵੀ ਇਸ ਦੇ ਵਿੱਚ ਖੋਜ ਕੀਤੀ ਜਾ ਰਹੀ ਸੋ ਜਿਹੜੇ ਵੀ ਅੰਸ਼ ਸਾਡੇ ਕੋਲ ਮਿਲ ਪਾਏ ਉਹਨਾਂ ਨੂੰ ਇਕੱਤਰ ਕਰਕੇ ਅਸੀਂ ਤਾਂ ਕਿਸਨ ਨਾਲ ਇਸ ਆਮ ਨੇ ਮੇਰੇ ਇੱਕ ਦੋਸਤ ਰਮਾਨੀਆ ਤੋਂ ਤੇ ਰਮਾਨੀਆ ਜਾ ਕੇ ਰਹੇ ਸੀਗੇ ਤੇ ਉਹਨਾਂ ਨੇ ਜ਼ਿਕਰ ਕੀਤਾ ਉੱਥੋਂ ਦੀ ਕਿ ਗੁਰਨਾਨਕ ਸਟ੍ਰੈਸਾ ਬਾਬਾ ਨਾਨਕ ਸਟ੍ਰੈਸਾ ਜਿਹੜਾ ਆ ਉੱਥੇ ਜਿਹਨ ਸਟ੍ਰੈਸਾ ਸਟਰੀਟ ਨੂੰ ਕਹਿੰਦੇ ਨੇ ਰਮਾਨੀਆ ਦੇ ਵਿੱਚ ਵੀ ਹੈ ਬਾਬਾ ਨਾਨਕ ਸਟ੍ਰੈਸਾ ਤੇ ਉਹ ਜ਼ਿਕਰ ਕਰ ਰਿਹਾ ਸੀ ਖਾਸ ਤੌਰ 'ਤੇ ਪੂਰਾ ਐਡਰੈਸ ਵੀ ਦੱਸਦਾ ਸੋ ਕਹਿੰਦਾ ਵੀ ਸ਼ਾਇਦ ਇਹ ਵੀ ਕਿਸੇ ਰਿਲੇਟਿਡ ਹੋਵੇਗਾ ਜੀ ਹਾਂਜੀ ਇੱਕ ਅਜੀ ਪ੍ਰੈਜੈਂਟਰ ਕਿਉਂਕਿ ਮੈਂ ਆਪ ਜਦੋਂ ਬੈਠਦਾ ਪ੍ਰੈਜੈਂਟਰ ਤੌਰ ਤੇ ਤੁਸੀਂ ਵੀ ਬੈਠਦੇ ਆ ਤੇ ਮੈਂ ਇੱਕ ਗੱਲ ਬੜੀ ਮਹਿਸੂਸ ਕਰੀ ਕਰਦਾ ਹੁੰਦਾ ਕਿ ਤੁਸੀਂ ਧਾਰਮਿਕ ਸ਼ੋਅ ਕੀਤੇ ਧਰਮ ਤੇ ਵਿਰਸੇ ਦੇ ਸ਼ੋਅ ਕੀਤੇ ਇਤਿਹਾਸ ਦੇ ਸ਼ੋਅ ਕੀਤੇ ਮੈਨੂੰ ਵੀ ਉਹ ਮੌਕਾ ਜੇ ਮਿਲਿਆ ਕਰਦਾ ਤੇ ਆਮ ਤੌਰ ਤੇ ਇਦਾਂ ਹੁੰਦਾ ਕਿ ਜੇ ਤੁਸੀਂ ਵੱਖ-ਵੱਖ ਵਿਦਵਾਨਾਂ ਕੋਲ ਬੁਲਾ ਰਹਿਆਂ ਕੋਲ ਬੈਠਦੇ ਤੁਸੀਂ ਬੜਾ ਕੁਝ ਗਿਆਨ ਹਾਸਲ ਕਰਦੇ ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਹਾਨੂੰ ਤੁਸੀਂ ਆਪ ਤਿਆਰੀ ਕਰਨੀ ਤੁਹਾਨੂੰ ਬੜਾ ਕੁਝ ਪਤਾ ਹੁੰਦਾ ਆਪ ਨੂੰ ਪਤਾ ਹੁੰਦਾ ਤੁਸੀਂ ਰੱਖਦੇ ਆ ਪਰ ਆਪਣੇ ਉਹਨੂੰ ਬੜੇ ਠਰਮੇ ਚ ਰੱਖ ਕੇ ਅਗਲੇ ਤੋਂ ਗੱਲ ਕਹਾਉਣੀ ਬੜੇ ਠਰਮੇ ਦਾ ਇਹ ਕਿੰਨਾ ਕੋ ਔਖਾ ਹੈ ਕਿ ਆਪਣੇ ਆਪ ਨੂੰ ਕਿਉਂ ਮੈਨੂੰ ਪਤਾ 1 ਰੁਪਈਆ ਦਾ ਹੀ ਚਿਹਰਾ ਉੱਥੇ ਦਿਖਦੇ ਹੈ ਕਿਉਂਕਦਰ ਦੇ ਵੀ ਯਾਰ ਇਹ ਕੋਈ ਗੱਲ ਹੈ ਆਹ ਨਹੀਂ ਇਦਾਂ ਇਦਾਂ ਜਿਹੜੀ ਇਦਾਂ ਲੱਗਦਾ ਹੁੰਦਾ ਪਰ ਤੁਹਾਡੇ ਕੋਲ ਇਥੇ ਬਹੁਤ ਵਿਦਵਾਨ ਨੇ ਪਰ ਫੇਰ ਵੀ ਜਦੋਂ ਇਦਾਂ ਲੱਗੇ ਵੀ ਇਹ ਇਹ ਗੱਲ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਤੇ ਕਿਦਾਂ ਮਹਿਸੂਸ ਹੁੰਦਾ ਠਰਮਾ ਕਿਦਾ ਕੇ ਰੱਖਦੇ ਹੋ ਦੇਖੋ ਜੀ ਠਰਮਾ ਤਾਂ ਇੱਕ ਸਾਢੀ ਉਹਦਾ ਹਿੱਸਾ ਹੈ ਸਾਡੇ ਜਿਹੜੀ ਅਸੀਂ ਡਿਊਟੀ ਹੈ ਸਾਡੀ ਉਸ ਵੇਲੇ ਐਂਕਰਿੰਗ ਕਰਨਾ ਪਰ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਇਹਦੇ ਵਿੱਚ ਬਹੁਤ ਸਾਰੀ ਮਿਹਨਤ ਹੈ ਗੁਰਪ੍ਰੀਤ ਸਿੰਘ ਨੂੰ ਤਾਂ ਸਾਰੇ ਦੇਖਦੇ ਪਰ ਮੇਰੇ ਹੁਣ ਅੱਜ ਤੁਸੀਂ ਸਾਰੇ ਸੰਜੀਵੋਰਾ ਜੀ ਨੂੰ ਵੀ ਦੇਖ ਰਹੇ ਜਿਨ੍ਹਾਂ ਨੇ ਪ੍ਰੋਗਰਾਮ ਕਨਸਿਵ ਕੀਤਾ ਸੀ ਪਰ ਸਾਡੀ ਹੋਰ ਵੀ ਬਹੁਤ ਸਾਰੀ ਟੀਮ ਹੈ ਸਾਡੇ ਨਵਲ ਸਾਗਰ ਜੀ ਨੇ ਸਾਡੇ ਇਨਪੁਟ ਹੈਡ ਪ੍ਰਵੀਨ ਵਿਕਰਾਂਤ ਜੀ ਨੇ ਜਿਹੜੇ ਆਉਟਪੁਟ ਦੇਖਦੇ ਨੇ ਤੇ ਹੋਰ ਸਾਡੀ ਕਾਫੀ ਸਾਰੀ ਟੀਮ ਹੈ ਮਨਜੀਤ ਕੌਰ ਜੀ ਜਿਹੜੇ ਜਦੋਂ ਮੈਂ ਨਹੀਂ ਹੁੰਦਾ ਉਹ ਵੀ ਇੰਟਰਕਟ ਕਰਦੇ ਹਨ ਸੋ ਅੱਜ ਮੈਂ ਉਹਨਾਂ ਦਾ ਸ਼ੁਕਰੀਆ ਜੀ ਉਹਨਾਂ ਨੇ ਕੀਤਾ ਸੋ ਇਹ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਹੈ ਅਸੀਂ ਇਹ ਮਿਹਨਤ ਕਰਕੇ ਇੱਕ ਪਲੇਟਫਾਰਮ ਤਿਆਰ ਕੀਤਾ ਹੈ ਜਿਹੜੇ ਤੁਸੀਂ ਗੱਲ ਅੱਜ ਕਰ ਰਹੇ ਬੜੀ ਮਾਣ ਸਾਡੇ ਵਾਸਤੇ ਕਿ ਸੰਗਤ ਟੀਵੀ ਦੇ ਉੱਤੇ ਇਹ ਗੱਲ ਰੈਕੋਗਨਾਈਜ਼ ਕੀਤੀ ਜਾ ਰਹੀ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਜੇਕਰ ਸਭ ਤੋਂ ਮਕਬੂਲ ਕੋਈ ਧਾਰਮਿਕ ਪ੍ਰੋਗਰਾਮ ਹੈ ਤਾਂ ਉਹ ਕਿਉਂ ਕਰ ਰਹੇ ਤੇ ਉਸ ਨੂੰ ਅਸੀਂ ਉਹਦਾ ਲੈਵਲ ਮੇਨਟੇਨ ਕਰਨ ਵਾਸਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਜੇਕਰ ਕਿਉਂਕਿ ਦੇਖੋ ਇੱਕ ਗੱਲ ਬੜੀ ਰਣਜੀਤ ਸਿੰਘ ਜੀ ਸਪਸ਼ਟ ਹੈ ਕਿ ਹਰ ਜਿਹੜਾ ਵਿਦਵਾਨ ਹੁੰਦਾ ਅਲੱਗ-ਅਲੱਗ ਸਕੂਲਾਂ 'ਚ ਪੜਿਆ ਹੁੰਦਾ ਤੇ ਉਹਦਾ ਲੈਵਲ ਅਲੱਗ-ਅਲੱਗ ਹੋ ਸਕਦਾ ਪਰ ਅਸੀਂ ਆਪਣੇ ਪ੍ਰੋਗਰਾਮ ਦਾ ਜਿਹੜਾ ਲੈਵਲ ਹੈ ਜੋ ਉਸ ਪ੍ਰੋਗਰਾਮ ਦੇ ਲੈਵਲ ਤੋਂ ਕੋਈ ਇਧਰ-ਉਧਰ ਜਾਂਦਾ ਫਿਰ ਅਸੀਂ ਉਸ ਨੂੰ ਪਿਆਰ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਨੂੰ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਨਾ ਮਹਿਸੂਸ ਆਖਦਾ ਵੀ ਆਹ ਬੰਦਾ ਇੱਕ ਸੰਪਰਦਾ ਦਾ ਪੜਿਆ ਉਹਦੀ ਸੋਚ ਇੰਦਾ ਬਣ ਗਈ ਆ ਕਿਸੇ ਕਮੇਟੀ ਨਾਲ ਜੁੜਿਆ ਉਹਦੀ ਸੋਚ ਇੰਦਾ ਬਣ ਗਈ ਆ ਸੋਚਾਂ ਨੂੰ ਇੱਕ ਥਾਂ ਤੇ ਲੈ ਕੇ ਜਾਣਾ ਤੁਹਾਨੂੰ ਦੱਸਾਂ ਇੱਕ ਔਂਕਾਰ ਦਾ ਇੰਪੈਕਟਡ ਹੈ ਹਾਂਜੀ ਕਦੀ-ਕਦੀ ਜਦ ਸਾਡੇ ਆਪਣੇ ਦਰਸ਼ਕ ਐਂਵੀਅਰ ਜਿਹੜੇ ਸਾਡੇ ਉਹਨਾਂ ਦੇ ਜਿਹੜੇ ਸਭ ਰਿਸਪੌਂਸ ਆਂਦਾ ਹੈ ਤੇ ਕਈ ਵਾਰ ਅਥਰੂ ਆਇਆ ਨਖਾ ਹਾਂਜੀ ਇੱਕ ਜਲੰਧਰ ਤੋਂ ਇੱਕ ਸਾਹਿਬ ਹੈਗੇ ਸੀ ਫਕੀਰ ਚੰਦ ਟੁਲੀ ਜੀ ਫਕੀਰ ਚੰਦ ਟੁਲੀ ਜੀ ਹਾਂਜੀ ਉਹਨਾਂ ਦੀ ਚਿੱਠੀ ਆਈ ਕਿ ਮੈਂ ਮੇਰੀ ਉਹ ਉਹ ਹੋਰ ਸੀ ਗਿਆ ਫਕੀਰ ਗੁੱਤਾ ਜੀ ਸੀ ਬਤਨ ਗੱਲ ਉਹ ਹੋਰ ਸੀ ਜਲੰਧਰ ਕੈਂਟ ਤੋਂ ਇੱਕ ਸਾਡੇ ਨਾਲ ਹਿੰਦੂ ਜੈਂਟਲਮੈਨ ਦੀ ਚਿੱਠੀ ਹੈਗੇ ਸੀ ਉਹਨਾਂ ਦੀ ਚਿੱਠੀ ਆਈ ਕਿ ਮੈਂ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਰੈਗੂਲਰ ਔਰ ਮੇਰੀ ਉਮਰ 60 ਸਾਲ ਤੋਂ ਉੱਪਰ ਹੋ ਗਈ ਹੈ 60 ਵਰਿਆਂ ਤੋਂ ਉੱਪਰ ਹੋ ਗਈ ਹੈ ਲੇਕਿਨ ਮੈਂ ਇੰਨਾ ਪ੍ਰੋਗਰਾਮ ਦੇ ਰਾਹੀਂ ਮੈਨੂੰ ਇੰਨਾ ਗਿਆਨ ਮਿਲਿਆ ਹੈ ਕਿ ਮੈਂ ਹੁਣ ਕੇਸ ਸਥਾਣ ਕਰਨਾ ਚਾਹੁੰਦਾ ਜੀ ਮੇਰੀ ਉਮਰ 60 ਸਾਲ ਤੋਂ ਜ਼ਿਆਦਾ ਹੋ ਗਈ ਹੈ 60 ਸਾਲ ਦੀ ਉਮਰ 'ਚ ਮੈਂ ਹੁਣ ਸਿੱਖ ਬਣਨਾ ਚਾਹੁੰਦਾ ਹਾਂ ਲੇਕਿਨ ਦਿੱਕਤ ਹੈ ਵੀ ਕਿ ਮੇਰੇ ਕੇਸ ਹੀ ਨਹੀਂ ਹਨ ਕਹਿੰਦੇ ਹੁਣ ਮੈਂ ਦਸਤਾਰ ਸਜਾਉਣਾ ਚਾਹੁੰਦਾ ਪਰ ਕੇਸ ਦੇਰ ਤੇ ਕੇਸ ਹੀ ਨਹੀਂ ਰਹੇ ਇਹ ਇੰਪੈਕਟ ਇਦਾਂ ਹੀ ਬੰਬੇ ਤੋਂ ਇੱਕ 24 ਸਾਲ ਦੇ ਮੁੰਡੇ ਦਾ ਸਾਨੂੰ ਮੇਲ ਮਿਲਿਆ ਕਿ ਮੈਂ ਬਚਪਨ ਵਿੱਚ ਹੀ ਇਹ ਕੇਸ ਕਟਾ ਲੇ ਸੀ ਕੇਸ ਕਰਨ ਕਰਦੇ ਸੀ ਲੇਕਿਨ ਹੁਣ ਤੁਹਾਡਾ ਪ੍ਰੋਗਰਾਮ ਦੇਖ ਕੇ 24 ਸਾਲ ਦੀ ਉਮਰ ਵਿੱਚ ਮੈਂ ਕੇਸ ਦੁਬਾਰਾ ਰੱਖ ਲੇ ਕੇਸ ਦਾੜੀ ਤੋਂ ਰੱਖਣ ਹਾਂਜੀ ਤੇ ਕਬੀ ਮਤਲਬ ਇੰਨੇ ਇਹੋ ਜੇ ਰਿਸਪਾਂਸ ਆਂਦੇ ਨੇ ਕਿ ਅਸੀਂ ਹੈਰਾਨ ਹੋਨੇ ਆ ਇੱਕ ਸਾਡੇ ਦਰਸ਼ਕ ਆਗੇ ਨਾ ਹਰਨਾਮ ਸਿੰਘ ਸਰਦਾਰ ਹਰਨਾਮ ਸਿੰਘ ਜਿਹੜੇ ਈਰਾਨ ਵਿੱਚ ਰਹਿੰਦੇ ਨੇ ਹਾਂਜੀ ਤਹਿਰਾਨ ਤੋਂ ਉਹਨਾਂ ਦਾ ਹਰ 15-20 ਦਿਨ ਬਾਅਦ ਮੈਨੂੰ ਫੋਨ ਆਂਦਾ ਹੈ ਹਾਂਜੀ ਕਿ ਐ ਜੀ ਮੈਂ ਪ੍ਰੋਗਰਾਮ ਦੇਖਿਆ ਬੜਾ ਵਧੀਆ ਲੱਗਾ ਉਹਨਾਂ ਸੁਝਾਅ ਵੀ ਆਉਂਦੇ ਮੇਰੇ ਮੇਰੇ ਮੋਬਾਈਲ 'ਤੇ ਆਂਦੇ ਹਾਂਜੀ ਔਰ ਕਹਿੰਦੇ ਸਾਡੇ ਕੋਲ ਆਓ ਤੁਸੀਂ ਇੱਥੇ ਅਸੀਂ ਜੋ ਸਿੱਖ ਲਈ ਕੰਮ ਕਰ ਰਹੇ ਹਾਂ ਉਹ ਤੁਸੀਂ ਦਿਖਾਓ ਹਾਂਜੀ ਤੇ ਮੈਂ ਦੱਸਾਂ ਕਿ ਏਕ ਓਂਕਾਰ ਨੂੰ ਅਸੀਂ ਸ਼ੁਰੂ ਕੀਤਾ ਹਿੰਦੁਸਤਾਨ ਤੋਂ ਲੇਕਿਨ ਸਾਡੀ ਰੱਬ ਨੇ ਚਾਹ ਤਾਂ ਅਸੀਂ ਇਹਨੂੰ ਪੂਰੀ ਦੁਨੀਆ ਚ ਲੈ ਕੇ ਜਾਵਾਂਗੇ ਔਰ ਉਸੀ ਉਪਰਾਲੇ ਦੇ ਇੱਕ ਉਸੀ ਉਪਰਾਲੇ ਦਾ ਇੱਕ ਹਿੱਸਾ ਹੈ ਕਿ ਅਸੀਂ ਇੱਥੇ ਆ ਗਏ ਹਾਂ ਅਸੀਂ ਸੰਗਤਾਂ ਜਿਹੜੀਆਂ ਆਉਣ ਵਾਲੇ ਜਿਹੜੇ ਐਪੀਸੋਡ ਹੋਣਗੇ ਏਕ ਓਂਕਾਰ ਦੇ ਉਹ ਇੱਥੋਂ ਦੇ ਵਿਦਵਾਨਾਂ ਦੇ ਜਿਹੜੇ ਗਿਆਨ ਹੈਗਾ ਉਹਦੀ ਸਾਹ ਪਾਣ ਕੋਸ਼ਿਸ਼ ਕਰਾਂਗੇ ਅਸੀਂ ਦੂਜਾ ਇੱਥੋਂ ਦੇ ਜਿਹੜੇ ਗੁਰੂ ਘਰ ਹੈਗੇ ਨਾ ਯੂਕੇ ਦੇ ਗੁਰੂ ਘਰ ਅਸੀਂ ਉਹਨਾਂ ਗੁਰੂ ਘਰਾਂ ਦੀ ਅਸੀਂ ਉਹਨਾਂ ਨੂੰ ਕਹਾਣੀਆਂ ਦੱਸਾਂਗੇ ਉਹਨਾਂ ਦਾ ਇਤਿਹਾਸ ਦੱਸਾਂਗੇ ਹੋਰ ਉਸੀ ਲਈ ਅਸੀਂ ਇੱਥੇ ਆਏ ਆ ਉਸ ਹੀ ਉਪਰਾਲੇ ਦੇ ਹਿੱਸਾ ਬਣ ਕੇ ਕਰ ਰਹੇ ਆਸੀਂ ਤੁਹਾਨੂੰ ਆਉਣ ਨੂੰ ਜੀ ਆਉਣ ਨੂੰ ਸੰਗਤ ਟੈਲੀਵਿਜ਼ਨ ਜਿਹੜੀ ਵੀ ਕਿਸੇ ਵੱੱਲੇ ਲੋਕ ਟੀਮ ਨਾਲ ਖੜੇ ਹੋਵਾਂਗੇ ਇਹ ਗੁਰਪ੍ਰੀਤ ਸਿੰਘ ਬਿਲਕੁਲ ਪਰਸਨਲ ਜੀ ਗੱਲ ਹੈ ਕਿ ਤੁਸੀਂ ਜਦੋਂ ਪ੍ਰੈਜੈਂਟਰ ਦੇ ਤੌਰ ਤੇ ਬੈਠਦੇ ਤੁਸੀਂ ਸਵਾਲ ਪੁੱਛਦੇ ਹੁੰਦੇ ਆ ਜਵਾਬ ਨਹੀਂ ਦੇਦੇ ਸਵਾਲ ਪੁੱਛਣਾ ਹੁੰਦਾ ਅੱਜ ਸਵਾਲ ਤੁਹਾਨੂੰ ਪੁੱਛੇ ਜਾ ਰਹੇ ਨੇ ਕਿਵੇਂ ਬਦਲ ਬਦਲੀ ਕੀ ਮਹਿਸੂਸ ਕਰਦੇ ਸਵਾਲ ਪੁੱਛਣੇ ਸਵਾਲ ਪੁੱਛ ਜਾਇਦਾ ਤੁਹਾਡੇ ਵਾਲੀ ਸੀਟ ਤੇ ਬੈਠੇ ਹੋਈਦਾ ਨਾ ਫਿਰ ਉੱਥੇ ਕਾਫੀ ਸਾਰੀਆਂ ਸਾਡੇ ਵਾਸਤੇ ਡਿਸਪਲਿਨ ਹੁੰਦਾ ਉਹ ਸੀਟ ਦਾ ਇੱਕ ਆਪਣਾ ਡਿਸਪਲਿਨ ਹੈ ਡਿਸਪਲਿਨ ਤਾਂ ਐਸੀਟ ਦਾ ਵੀ ਹੈ ਪਰ ਇੱਥੇ ਹੈ ਕਿ ਅਸੀਂ ਆਪਣੀ ਦਿਲ ਦੀ ਗੱਲ ਖੁੱਲ ਕੇ ਕਹਿ ਸਕਦੇ ਹਾਂ ਤੇ ਉੱਥੇ ਸਾਡੀ ਜ਼ਿੰਮੇਵਾਰੀ ਹੁੰਦੀ ਕਿ ਕਿਸੇ ਕੋਲੋਂ ਗੱਲ ਕਵਾਉਣੀ ਠੀਕ ਹੈ ਉਹਦੀ ਉਹਦੀ ਗੱਲ ਕਨਵੇ ਕਰਵਾਉਣੀ ਤੇ ਉਹਨੂੰ ਸਹੀ ਢੰਗ ਦੇ ਨਾਲ ਕਨਵੇ ਕਰ ਪਾਈਏ ਕਈ ਵਾਰੀ ਕਲੀਅਰੈਂਸ ਆਫ ਥਾਟ ਵੀ ਜਦੋਂ ਤੁਸੀਂ ਗੱਲ ਕੀਤੀ ਕਿ ਉਸ ਦੀ ਥਾਟ ਨੂੰ ਹੋਰ ਕਲੀਅਰ ਕਰਨ ਦਾ ਉਹ ਵੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਪਰ ਹਮੇਸ਼ਾ ਜਿਹੜੀ ਮੈਂ ਸਮਝਦਾ ਕਿ ਇੱਕ ਮੇਰੀ ਨਿੱਜੀ ਕੋਸ਼ਿਸ਼ ਰਹੀ ਹੈ ਕਿ ਜਿਹੜੀ ਗੱਲ ਹੈ ਨਾ ਉਨੂੰ ਉਸੇ ਰੰਗ ਦੇ ਵਿੱਚ ਲੈ ਕੇ ਜਾਇਆ ਜਾਏ ਕਿਉਂਕਿ ਜੇ ਅਸੀਂ ਦਿਲੀ 2 ਘੰਟੇ ਇਸੇ ਪ੍ਰੋਗਰਾਮ ਦੇ ਵਿੱਚ ਉੱਥੇ ਜਦੋਂ ਅਸੀਂ ਲਗਾਨੇ ਆ ਤੇ ਜੇਕਰ ਅਸੀਂ ਮਨ ਕਰਕੇ ਲਗਾਵਾਂਗੇ ਤੇ ਸਾਡੀ ਉਹ ਸੰਗਤ ਹੋ ਜਾਂਦੀ ਹੈ ਸਾਡਾ ਉਹ ਨਿਤਨੇਮ ਸਾਡਾ ਉਹ ਗੁਰੂ ਦੇ ਘਰ ਦੇ ਵਿੱਚ ਹਾਜ਼ਰੀ ਹੋ ਜਾਂਦੀ ਹੈ ਤੇ ਕਈ ਵਾਰੀ ਮੈਂ ਵੀ ਮਹਿਸੂਸ ਕੀਤਾ ਤੇ ਇਸ ਪ੍ਰੋਗਰਾਮ ਇੱਕ ਓਕਾਰ ਨਾਲ ਜੁੜੀਆਂ ਸੰਗਤਾਂ ਮਹਿਸੂਸ ਕਰਦੀਆਂ ਨੇ ਕਿ ਹਾਜ਼ਰੀ ਸੱਚੀ ਮੁੱੱਚੀ ਕਈ ਵਾਰੀ ਹੋ ਜਾਂਦੀ ਹੈ ਕਈ ਵਾਰੀ ਤਾਂ ਇਹ ਅਜੇ ਹਾਲ ਹੋ ਜਾਂਦਾ ਉਹ ਅਮਰਤ ਵੇਲੇ ਦੀ ਬੜੀ ਮਹਾਨਤਾ ਦਾ ਸੀ ਸਤਗੁਰੂ ਨੇ ਗੁਰਬਾਣੀ ਦੇ ਅੰਦਰ ਵੀ ਉਹ ਰੋਜ਼ 4:30 ਵਜੇ ਜੀ ਜਾਣਾ ਪ੍ਰੋਗਰਾਮ ਸ਼ੁਰੂ ਕਰਨਾ 4:30 ਵਜੇ ਜਾਣਾ ਤੇ ਉਦੋਂ ਪਹਿਲਾਂ 2 ਘੰਟੇ ਉੱਠਣਾ ਪਊ ਤਿਆਰੀ ਵੀ ਕਰਨੀ ਪਊਗੀ ਉਹ ਇੱਕ ਤਰ੍ਹਾਂ ਦਾ ਪੂਰਾ ਅਮਰਤ ਵੜਾ ਸੰਭੜ ਵਾਲੀ ਗੱਲ ਜਿਹੜੀ ਉਹ ਤਾਂ ਬਹੁਤ ਵੱਡੀ ਗੱਲ ਹੈ ਛੁੱਟੀ ਗੱਲ ਇਹ ਇਹ ਸਤਗੁਰੂ ਦੀ ਕਿਰਪਾ ਹੈ ਕਿ ਦੂਜੀ ਗੱਲ ਇਹਦੇ ਚ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਜਿਹੜੀ ਨਰੋਲਤਾ ਦੇ ਵਿੱਚ ਜੜੀ ਲਿਆਉਂਦੇ ਕਈ ਵਾਰੀ ਅਜੇ ਇਹ ਫੋਨ ਆਉਂਦੇ ਨੇ ਸਾਨੂੰ ਕਿ ਖੈਰ ਮੇਰਾ ਵੀ ਕਈ ਵਾਰੀ ਬੈਲੈਂਸ ਉਪਰੋਗਰਾਮ ਚ ਜਾਦਾ ਅਸੀਂ ਗੱਲ ਕਰਦੇ ਆ ਤੇ ਜਦ ਜੇ ਪਿਆਰ ਦੇ ਨਾਲ ਕਿਸ ਨੂੰ ਗੱਲ ਕਰੀਏ ਇੱਕ ਬੜੀ ਸਾਨੂੰ ਸਵਾਲ ਆਇਆ ਸੀ ਕਿ ਅੱਖਾਂ 'ਚ ਹੰਝੂ ਕਿਉਂ ਆ ਜਾਂਦੇ ਨੇ ਰੱਬ ਦੀ ਗੱਲ ਕਰਦੇ ਆ ਜਾਂ ਵਿਰਾਹ ਕਿਉਂ ਆ ਜਾਂਦਾ ਤੇ ਜਦ ਪਿਆਰ ਦੇ ਵਿੱਚ ਕਿਸੇ ਥੋੜਾ ਚਿਰ ਬਾਅਦ ਕੇ ਵਿਛੜਿਆ ਮਿਲੇ ਨਾ ਤੇ ਉਹ ਖੁਸ਼ੀ ਦੇ ਵਿੱਚ ਹੰਝੂ ਆ ਜਾਂਦੇ ਨੇ ਕਈ ਵਾਰੀ ਠੀਕ ਤੇ ਜਦ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਜਾਂ ਉਹਨਾਂ ਦੇ ਸਹਬਜ਼ਾਦਿਆਂ ਦੀ ਗੱਲ ਕਰੀਏ ਤੇ ਕਈ ਵਾਰੀ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣਾ ਜਿਹੜਾ ਜਦੋਂ ਨਾਨਕ ਸਾਹਿਬ ਨੂੰ ਇਹ ਗੱਲ ਤੇ ਉਹਦੇ ਵਿੱਚ ਉਹ ਕਸਕ ਜਿਹੜੀ ਆ ਨਾ ਉਹ ਕਸਕ ਜਿਹੜੀ ਅਸੀਂ ਉਹ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿਰਫ ਲਫ਼ਜ਼ੀ ਗਿਆਨ ਦੀ ਗੱਲ ਨਹੀਂ ਕਰਦੇ ਜੇ ਲਫ਼ਜ਼ੀ ਗਿਆਨ ਦੀ ਗੱਲ ਕਰੀ ਨਾ ਤੇ ਕਾਫੀ ਸਾਰੀ ਮੈਂ ਸਮਝਦਾ ਕਿ ਪ੍ਰੋਗਰਾਮ ਇੱਕੋ ਕਰਨ ਨਾਲ ਜੁੜੀਆਂ 80% ਸੰਖਿਆ ਇਹੋ ਜਿਹੀਆਂ ਹੋਣਗੀਆਂ ਕਿ ਜਿੰਨਾਂ ਕੋਲ ਹੋ ਸਕਦਾ ਹੈ ਗਿਆਨ ਵਿੱਚੋਂ ਕਾਫੀ ਹਿੱਸਾ ਮੌਜੂਦ ਹੋਏ ਪਰ ਅਸੀਂ ਉਹਨੂੰ ਇੱਕ ਨਾਲ ਨਾਲ ਇੱਕ ਜੇ ਸਾਇੰਸ ਦੀ ਪਾਸ਼ਾ ਵਿੱਚ ਮੈਂ ਸੋਚਾਂ ਤੇ ਐਨਜ਼ਾਈਮ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਕਿਰਿਆ ਸ਼ੁਰੂ ਹੋ ਜਾਏ ਉਹ ਪ੍ਰਕਿਰਿਆ ਜਿਹੜੀ ਨਾ ਜਿਹੜੀ ਅਸਲੀ ਅਸੀਂ ਕਰਨੀ ਆ ਬਿਲਕੁਲ ਅਸੀਂ ਉਹਨੂੰ ਥੋੜਾ ਜਿਹਾ ਉਤੇਜਿਤ ਕਰਨ ਦੀ ਕੋਸ਼ਿਸ਼ ਕਰਦੇ ਪਿਆਰ ਜਾਗ ਜਾਏ ਤੇ ਜਿਹਨੂੰ ਇਸ਼ਕ ਹੋ ਜਾਂਦਾ ਨਾ ਉਹਨੂੰ ਫਿਰ ਬਹੁਤਾ ਸਮਝਾਉਂਦੀ ਲੋੜ ਨਹੀਂ ਵੀ ਤੂੰ ਐਦਾਂ ਕਰ ਲਾ ਐਦਾਂ ਕਰ ਲਾ ਉਹ ਫਿਰ ਕੋਸ਼ਿਸ਼ ਕਰਦਾ ਕਿ ਹਾਂ ਮੈਂ ਆਪਣੇ ਜਿਹਦੇ ਇਸ਼ਕ ਚ ਰੰਗਿਆ ਗਿਆ ਨਾ ਮੈਂ ਉਹਨੂੰ ਸੋਣਾ ਲੱਗਾ ਮੈਂ ਉਹਦੇ ਪਿਆਰ ਦੇ ਗੀਤ ਗਾਵਾਂ ਤੇ ਫਿਰ ਉਹ ਆਪਣੇ ਆਪ ਚ ਰੰਗਿਆ ਜਾਂਦਾ ਤੇ ਸਾਡਾ ਇੱਕ ਇੱਕ ਓੰਕਾਰ ਪ੍ਰੋਗਰਾਮ ਦਾ ਹੈ ਇਸੇਹੀ ਕੋਸ਼ਿਸ਼ ਕਰਦੇ ਹਾਂ ਕਿ ਪਿਆਰ ਜਿਹੜਾ ਚिटਕ ਜਿਹੜੀ ਆ ਨਾ ਚਿਟਕ ਲੱਗ ਜਾਏ ਤੇ ਜੇ ਜਾਗ ਜਾਏ ਤੇ ਇਲਮ ਤੋਂ ਇਸ਼ਕ ਤੱਕ ਆਲਮ ਤੋਂ ਆਸ਼ਿਕ ਤੱਕ ਸ਼ਾਇਦ ਧਰਮਾਂ ਦਾ ਇਹੀ ਫਰਕ ਹੈ ਇਹੀ ਧਰਮਾਂ ਦੀ ਜਿਹੜੀ ਹੈ ਜੀਵਨ ਜੱਜ ਦੱਸਣ ਦਾ ਤਰੀਕਾ ਹੁੰਦਾ ਹੈ ਕਿ ਇਲਮ ਤੋਂ ਇਸ਼ਕ ਤੱਕ ਜਾਣਾ ਆਲਮ ਤੋਂ ਆਸ਼ਿਕ ਬਣ ਜਾਣਾ ਤੇ ਫਿਰ ਉਹ ਮੇਰਾ ਖਿਆਲ ਬਟਾਲੀ ਵਾਲੀ ਗੱਲ ਹੈ ਕਿ ਤੂੰ ਖੁਦ ਨੂੰ ਆਲਮ ਦੱਸਦਾ ਹੈ ਮੈਂ ਖੁਦ ਨੂੰ ਆਸ਼ਿਕ ਕਹਿੰਦਾ ਹਾਂ ਇਹ ਗੱਲ ਲੋਕਾਂ ਤੇ ਛੱਡ ਦਈਏ ਕਿ ਨੂੰ ਮਾਨ ਨਹੀਂ ਦਿੰਦੇ ਪੀਰਾਂ ਦਾ ਸੋ ਅਸ਼ਕ ਜੇ ਤੁਸੀਂ ਗੱਲ ਕੀਤੀ ਬੜੀ ਤਰੀ ਇਹ ਬਹੁਤ ਸਮਾਂ ਕਿਉਂਕਿ ਬਿਲਕੁਲ ਨੇੜੇ ਪਹੁੰਚ ਗਏ ਜਿੰਨਾਂ ਕੋ ਆਪਣਾ ਸਮਝ ਕੋਈ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਨਾ ਕਿਉਂਕਿ ਸੰਗਤ ਟੈਲੀਵਿਜ਼ਨ ਤੇ ਤੁਸੀਂ ਯੂਕੇ ਤੇ ਯੂਰਪ ਸਾਰੇ ਚ ਲਾਈਵ ਦੇਖੇ ਜਾ ਰਹੇ ਹੋ ਦੁਨੀਆ ਭਰ ਚ ਤੁਹਾਡਾ ਮੈਸੇਜ ਆ ਰਿਹਾ ਇੰਟਰਨੈਟ ਦੇ ਰਾਹੀਂ ਇਹ ਕੀ ਕਹਿਣਾ ਚਾਹੁੰਦੇ ਹੋ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਦੇਖੋ ਜੀ ਜੋ ਸਾਡਾ ਵਿਸ਼ਾ ਹੈ ਆਪਣੇ ਆਪ ਵਿੱਚ ਇੱਕ ਮੈਸੇਜ ਦਿੰਦਾ ਹੈ ਕਿ ਧਰਮ ਔਰ ਮੀਡੀਆ ਮੀਡੀਆ ਜਿਹੜਾ ਹੈ ਕਦੀ ਧਰਮ ਨੂੰ ਵਰਲਡ ਅੰਦਰ ਹੀ ਕੰਮ ਕਰਦਾ ਹੈ ਕਰਨਾ ਚਾਹੀਦਾ ਹੈ ਅ ਕਦੀ ਕਦੀ ਗਲਤੀਆਂ ਮੀਡੀਆ ਕੋਲ ਵੀ ਹੁੰਦੀਆਂ ਕਿਉਂਕਿ ਮੀਡੀਆ ਵੀ ਇਨਸਾਨ ਹੀ ਚਲਾ ਰਿਹਾ ਹੈ ਕਦੀ ਕਦੀ ਤੁਹਾਨੂੰ ਜਦਫਾਰ ਵੀ ਮੀਡੀਆ ਪਾਉਂਦਾ ਹੈ ਉਦੋਂ ਗਲਤੀਆਂ ਹੁੰਦੀਆਂ ਹਨ ਲੇਕਿਨ ਇੱਕ ਚੀਜ਼ ਜੋ ਇੱਕ ਸਿੱਖ ਕੌਮ ਲਈ ਮੈਂ ਕਹਿਣਾ ਚਾਹਾਂਗਾ ਕਿਉਂਕਿ ਮੈਂ ਮੇਰਾ ਬਾਣਾ ਸਿੱਖੀ ਦਾ ਨਹੀਂ ਹੈ ਲੇਕਿਨ ਮੈਨੂੰ ਉਸ ਚੀਜ਼ ਦਾ ਗਿਆਨ ਹੈ ਕੀ ਸਿੱਖੀ ਦੀ ਸ਼ੁਰੂਆਤ ਜਿਹੜੀ ਹੋਈ ਸੀ ਉਹ ਉਹਦਾ ਬੇਸ ਹੈਗਾ ਸੀ ਇਕੁਐਲਿਟੀ ਜੀ ਤੇ ਪੰਜ ਪਿਆਰਿਆਂ ਦੀ ਜੋ ਕਨਸੈਪਟ ਹੋਇਆ ਸੀ ਵੱਖ-ਵੱਖ ਵਕਤ ਜਾਤ ਬਰਾਦਰੀ ਤੁਸੀਂ ਅਬ ਇਲਾਕਾ ਵੱਖਰਾ ਬੂਲੀ ਵਕਰੀ ਮਹਿਲਾ ਵੱਖਰਾ ਖਾਣ ਪੀਣ ਵੱਖਰਾ ਪਰ ਗੁਰਦੇ ਸਾਰੇ ਪੰਜਾਬੀ ਵੱਖ-ਵੱਖ ਲੱਗਦੇ ਪੰਚ ਉਹ ਉਹ ਕਨਸੈਪਟ ਜਿਹੜਾ ਹੈ ਉਸ ਕਨਸੈਪਟ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਬਿਲਕੁਲ ਦੂਸਰਾ ਜਿਹੜਾ ਹੈ ਆਪਣੀ ਸਾਡੀ ਜਿਹੜੀ ਪੂਜਾ ਪદ્ધਤੀ ਹੈ ਸਿੱਖੀਜ਼ਮ ਵਿੱਚ ਜਿਹੜਾ ਜਿਹੜਾ ਕਨਸੈਪਟ ਹੈ ਉਹਦੇ ਬੀਬੀਆਂ ਨੂੰ ਵੀ ਬਰਾਬਰੀ ਦਾ ਹਿੱਸਾ ਦੇਣ ਦੀ ਲੋੜ ਹੈ ਜਿੱਦੀ ਕਾਟਵ ਨੂੰ ਲੱਗਦੀ ਹੈ ਇਸ ਤਰ੍ਹਾਂ ਬਹੁਤ ਸਾਰੇ ਗੁਰੂ ਘਰਾਂ ਜਿੱਥੇ ਕਹਿੰਦੇ ਕਿ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਹੋਰ ਇਹੋ ਜੀ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹਦੇ ਹੁਣ ਅੱਜ ਦਾ ਜ਼ਮਾਨਾ ਉਹ ਨਹੀਂ ਰਿਹਾ ਕਿ ਜੋ 50 ਸਾਲ ਪਹਿਲੇ ਜ਼ਮਾਨਾ ਸੀ ਜਦ ਅਸੀਂ ਚਾਹੇ ਉਹ ਕਿਸੇ ਵੀ ਪੱਤਰ ਦੀ ਗੱਲ ਹੋਏ ਕਿਸੇ ਵੀ ਪੱਤਰ ਤੇ ਗੱਲ ਹੋਏ ਚਾਹੇ ਉਹ ਪੋਲਿਟਿਕਸ ਦੀ ਗੱਲ ਹੋਏ ਚਾਹੇ ਉਹ ਕਿਸੇ ਖੇਤਰ ਵਿੱਚ ਸੇਵਾ ਕਰਨ ਦੀ ਗੱਲ ਹੋਏ ਹਰ ਜਗ੍ਹਾ ਬੀਬੀਆਂ ਨੇ ਆਪਣਾ ਹ ਬਿਲਕੁਲ ਇਕੱਲੀ ਬੀਬੀਆਂ ਦੀ ਗੱਲ ਹੀ ਕਿਉਂ ਕਰੀ ਹਰ ਤਰ੍ਹਾਂ ਦੀ ਕਿਉਂਕਿ ਕਿਸੇ ਜਾਦ ਲੇਕਿਨ 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 ਸਿੱਖੀ ਦੇ ਵਿੱਚ ਇੱਕ ਕਨਸੈਪਟ ਇੱਚ ਬੀਬੀਆਂ ਨੂੰ ਉਹਨਾਂ ਰਤਬਾ ਹੋਰ ਦੇਣ ਦੀ ਲੋੜ ਹੈਗੀ ਏ ਬਿਲਕੁਲ ਕਿਉਂਕਿ ਕਹਿੰਦੇ ਨਾ ਕਿ ਅਗਰ ਇੱਕ ਆਦਮੀ ਪੜ੍ਹਿਆ ਲਿਖਿਆ ਹੋਏਗਾ ਤੇ ਉਹ ਇੱਕ ਜਾਂ ਦੋ ਲੋਕਾਂ ਨੂੰ ਗਿਆਨ ਦੇਗਾ ਲੇਕਿਨ ਅਗਰ ਇੱਕ ਬੀਬੀ ਪੜ੍ਹੀ ਲਿਖੀ ਗਿਆਨਵਾਨ ਹੋਏਗੀ ਤਾਂ ਪੂਰੇ ਸਮਾਜ ਨੂੰ ਗਿਆਨਵਾਨ ਕਰ ਦੇਗੀ ਬਿਲਕੁਲ ਇਹ ਇੱਕ ਤਰ੍ਹਾਂ ਦਾ ਮੈਸੇਜ ਆਉਣ ਵਾਲੀ ਗੱਲ ਸੀ ਔਰ ਗੁਰੂ ਸਾਹਿਬਾਨ ਨੇ ਮੈਸੇਜ ਮਾਤਾ ਖੀਵੀ ਦੇ ਰਾਈ ਸੰਤ ਬਾਬਾ ਸ਼ੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਗੱਲ ਕਰ ਰਹੇ ਸਨ ਪਿਛਲੇ ਦਿਨਾਂ ਦੇ ਵਿੱਚ ਬਾਬਾ ਮਾਤਾ ਖੀਵੀ ਦੇ ਰਾਈ ਇਹ ਮੈਸੇਜ ਸਤਗੁਰ ਨੇ ਆਪ ਦਿੱਤਾ ਸੀਗਾ ਫਿਰ ਮਾਤਾ ਭਾਕਰ ਦੇ ਰਾਈ ਕਿਉਂਕਿ ਆਪ ਜੁੜੀ ਹੋਈ ਸੀ ਤੇ ਬੇਸ਼ੱਕ ਉਹਦੇ ਭਰਾ ਤੇ ਪਤੀ ਵੀ ਤੇ ਦਿਓਰ ਵੀ ਬੇਸ਼ੱਕ ਗੁਰੂ ਤੋਂ ਬਦਾਵੀਏ ਬਣ ਕੇ ਆ ਗਏ ਪਰ ਮਾਤਾ ਭਾਕਰ ਕਿਉਂਕਿ ਜੁੜੀ ਹੋਈ ਸੀ ਤੇ ਉਹਨੇ ਆਪਣੇ ਭਰਾਵਾਂ ਨੂੰ ਬਦਾਵੀਏ ਨਹੀਂ ਰਹਿਣ ਦਿੱਤਾ ਮੁਕਤੇ ਬਣਾਤਾ ਸੋ ਜੇ ਮਾਤਾ ਕਿਤੇ ਜੁੜੀ ਹੋਵੇਗੀ ਔਰ ਜੁੜੀ ਹੋਵੇਗੀ ਤੇ ਦੂਜਿਆਂ ਨੂੰ ਵੀ ਜੋੜ ਲਵੇਗੀ ਤੇ ਗੁਰਪ੍ਰੀਤ ਸਿੰਘ ਜੀ ਅਖਰੀ ਕੋਈ ਗੱਲ ਜਿਹੜੀ ਸੰਗਤ ਟੀਵੀ ਵੱਲੋਂ ਮੈਸੇਜ ਜਾਂ ਮੇਰੇ ਲੋਕ ਕੋਈ ਗੱਲ ਪੁੱਛਣੋਂ ਰਹੀ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਗੱਲ ਜੀ ਮੇਰੇ ਖਿਆਲ ਨਾਲ ਤਾਂ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਤੇ ਆਪਾਂ ਕਹਿੰਦੇ ਵੀਰੇ ਇਹਨੇ ਕੋਈ ਗੁਰੂ ਦੀਆਂ ਗੱਲਾਂ ਆਈਆਂ ਨੇ ਕਿ ਅਸੀਂ ਕਹਿੰਦੇ ਕਹਿੰਦੇ ਕਈ ਜਨਮ ਵੀ ਲੈ ਲਈਏ ਤੇ ਉਹ ਮੁੱਕਣੀਆਂ ਨਹੀਂ ਪਰ ਸਭ ਤੋਂ ਜ਼ਰੂਰੀ ਗੱਲ ਮੀਡੀਆ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ ਸਾਨੂੰ ਇੱਕ ਗੱਲ ਦੀ ਮੈਂ ਸਮਝਦਾ ਕਿ ਸੰਗਤਾਂ ਨੂੰ ਇਸ ਗੱਲ ਬਾਰੇ ਜਾਗਰੂਕ ਹੋਣਾ ਪ ਇਹ ਵੀ ਇੱਕ ਸੇਵਾ ਹੈ ਕਿ ਜੈਸੇ ਸਤ ਮੰਚਨ ਮੰਦਰ ਕੰਚਨ ਕੇ ਉਸਾਰਦੇ ਨੇ ਕੀ ਬਾਤ ਹੈ ਠੀਕ ਹੈ ਨਾ ਹਾਂਜੀ ਤੇ ਉਹ ਸਤ ਮੰਦਰਾਂ ਦੇ ਉਸਾਰਨ ਦਾ ਫਲ ਜਿਹੜਾ ਹੈ ਤੈਸਾ ਸਿੱਖ ਇੱਕ ਸ਼ਬਦ ਸਿਖਾਏਗਾ ਤੈਸਾ ਸਿੱਖ ਉਹ ਇੱਕ ਸ਼ਬਦ ਸਿਖਾਏਗਾ ਤੇ ਜੇਕਰ ਸਿੱਖ ਨੂੰ ਇੱਕ ਸ਼ਬਦ ਜਿਹੜਾ ਸਿਖਾ ਦਿੱਤਾ ਜਾਏ ਤੇ ਇਹ ਸਤ ਗੁਰਾਂ ਦੀ ਜਿਹੜੀ ਸਾਨੂੰ ਵਾਸਤੇ ਭਾਈ ਗੁਰਦਾਸ ਸਿੰਘ ਨੇ ਸਾਡੇ ਵਾਸਤੇ ਇੱਕ ਲਾਈਨ ਦੇ ਜਿਹੜੀ ਸਾਨੂੰ ਮਾਰਗਦਰਸ਼ਨ ਕੀਤਾ ਸਾਨੂੰ ਇਹਨੂੰ ਸਮਝਣਾ ਪਏਗਾ ਅੱਜ ਲੋੜ ਹੈ ਕਿ ਕੋਈ ਵੀ ਜਿਹੜੇ ਕਾਰਜ ਨੇ ਅਸੀਂ ਚਾਹਨੇ ਆ ਅਕਸਰ ਕਿਤੇ ਵੀ ਗੱਲ ਹੋਏ ਆ ਹੋਣਾ ਚਾਹੀਦਾ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਇਟਸ ਅ ਬਿਗ ਲਿਸਟ ਹਾਂਜੀ ਅਸੀਂ ਕਹਿੰਨੇ ਆ ਕਿ ਏਦਾਂ ਸਿੱਖੋਂ ਸਿੱਖਾਂ ਨੂੰ ਇਹ ਕਰਨਾ ਚਾਹੀਦਾ ਇਹ ਕਰਨਾ ਚਾਹੀਦਾ ਪਰ ਕੌਣ ਕਰੇਗਾ ਹੂ ਵਿਲ ਡੂ ਇਟ ਜੀ ਅਸੀਂ ਕਰਾਂਗੇ ਬਿਲਕੁਲ ਤੇ ਜਿੱਥੇ ਅਸੀਂ ਸਿਰਫ ਸੇਵਾ ਨੂੰ ਗੁਰੂ ਕੇ ਲੰਗਰ ਤੱਕ ਨਾਲ ਸੀਮਤ ਕਰ ਦਈਏ ਕਿ ਜੇ ਪਹਿਲਾਂ ਦੋ ਸਬਜ਼ੀਆਂ ਬਣਦੀਆਂ ਸੀ ਚਾਰ ਹੋ ਗਈਆਂ ਪੰਜ ਹੋ ਗਈਆਂ 10 ਹੋ ਗਈਆਂ ਇਟਸ ਅ ਬਿਗ ਉਹਨੂੰ ਉਹਨੂੰ ਜੇ ਅਸੀਂ ਥੋੜਾ ਜਿਹਾ ਸੀਮਿਤ ਆਪਣਾ ਮੀਡੀਆ ਵੀ ਖਰਚ ਖਰਚਿਆਂ ਨੂੰ ਆਪਣਾ ਸੀਮਿਤ ਕਰਕੇ ਹੋਰ ਖਰਚੇ ਨੂੰ ਥੋੜਾ ਜਿਹਾ ਸੀਮਿਤ ਕਰ ਲਈਏ ਤੇ ਜੇਕਰ ਇਹ ਮੈਸੇਜ ਜਿਹੜਾ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਦੁਨੀਆ ਦੇ ਵਿੱਚ ਵਿਚਰ ਕੇ ਮਹਿਸੂਸ ਹੁੰਦਾ ਕਿ ਦੁਨੀਆ ਨੂੰ ਪਿਆਸ ਲੱਗੀ ਹੋਈ ਹੈ ਪਰ ਉਹਨਾਂ ਕੋਲ ਉਹ ਅੰਮ੍ਰਿਤ ਜਲ ਨਹੀਂ ਪਹੁੰਚ ਰਿਹਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਤੇ ਅਸੀਂ ਦੋਸ਼ੀ ਹੋਵਾਂਗੇ ਮੈਂ ਪਰਸਨਲੀ ਸਮਝਦਾ ਕਿ ਮੈਂ ਦੋਸ਼ੀ ਹੋਵਾਂਗਾ ਜੇ ਮੇਰੇ ਗੁਰੂ ਦਾ ਮੈਸੇਜ ਮੈਂ ਲੋਕਾਂ ਤੱਕ ਨਹੀਂ ਪਹੁੰਚਾ ਸਕਿਆ ਪਰ ਇਸ ਸਾਰੇ ਕੁਝ ਦੇ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਰੇ ਗੁਰਪ੍ਰੀਤ ਸਿੰਘ ਜੀ ਸੰਜੇਵਰਾ ਜੀ ਬਹੁਤ ਬਹੁਤ ਵੱਡਾ ਕੀਸ਼ੇ ਦਾ ਸਭ ਤੋਂ ਵੱਡਾ ਅਦਾਰਾ ਹੈ ਜੀ ਜਿਹਨਾਂ ਨਾਲ ਤੁਸੀਂ ਜੁੜੇ ਹੋਏ ਹੋ ਤੇ ਇੰਨੇ ਦਰ ਨਾਲ ਜੁੜੇ ਹੋਏ ਵੀ ਸੰਗਠਨ ਜੀ ਜਿੰਦੇ ਇੱਕ ਅਜੇ ਸ਼ੁਰੂਆਤ ਹੈ ਸਾਡੀ ਤਾਂ ਇੱਥੇ ਤੁਹਾਡਾ ਹਿਰਦੇ ਤੋਂ ਧੰਨਵਾਦ ਔਰ ਸੰਗਤਾਂ ਜਿਹੜੀਆਂ ਜੁੜੀਆਂ ਮਿਠੀਆਂ ਨੇ ਉਹਨਾਂ ਦਾ ਵੀ ਇਹ ਧੰਨਵਾਦ ਕਰਨਾ ਪੈਂਦਾ ਜਿਹਦੀ ਗੱਲ ਗੁਰਪ੍ਰੀਤ ਸਿੰਘ ਨੇ ਤੇ ਜਿਹੜੀ ਇਹ ਸੰਜੀਵੋ ਰਾਜ ਨੇ ਕੀਤੀ ਆ ਗੁਰੂ ਸਾਹਿਬ ਨੇ ਵੀ ਉਹੀ ਗੱਲ ਕਹੀ ਹੈ ਕਿ ਮਨੁੱਖ ਜਦੋਂ ਗਿਆਨ ਤੋਂ ਸਖਣਾ ਹੋ ਜਾਂਦਾ ਹੈ ਫਿਰ ਉਹ ਅਗਿਆਨ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਧਰਮ ਆਪਣੇ ਵਿੱਚ ਗਿਆਨ ਰੂਪ ਹੈ ਮੀਡੀਆ ਗਿਆਨ ਵੰਡਦਾ ਹੈ ਤੇ ਸਤਗੁਰ ਨੇ ਆਖਿਆ ਕਿ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਬਾਅ ਦੁਜਾ ਜਿਹੜੇ ਗਿਆਨ ਹੀ ਲੋਕੀ ਹੁੰਦ ਨੇ ਉਹੀ ਅਗਿਆਨ ਦੀ ਪੂਜਾ ਕਰਦੇ ਨੇ ਸੋ ਜੇ ਅਗਿਆਨ ਚੋਂ ਨਿਕਲਣਾ ਹੈ ਜਾਗਰਤੀ ਚ ਆਉਣਾ ਹੈ ਚੇਤਨਤਾ ਚ ਆਉਣਾ ਹੈ ਤੇ ਜਿਹੜੇ ਲੋਕ ਚੇਤਨਤਾ ਚ ਆਉਂਦੇ ਨੇ ਉਹੀ ਕਮਾਂ ਦਾ ਪਵਿੱਖ ਰੋਸ਼ਨ ਕਰਿਆ ਕਰ ਦਿੰਦੇ ਜੀ ਚੇਤਨਤਾ ਚ ਆਉਣਾ ਹੈ ਤੇ ਆਪਣਾ ਮੀਡੀਆ ਮਜ਼ਬੂਤ ਕਰਨਾ ਹੀ ਪਵੇਗਾ ਸੋ ਮੀਡੀਆ ਮਜ਼ਬੂਤ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ ਜੇ ਦੁਨੀਆ ਪਰ ਤੇ ਆਪਣੀ ਕੌਮ ਦੀ ਗੱਲ ਕਰਨੀ ਹੈ ਆਪਣੀ ਗੱਲ ਕਰਨੀ ਹੈ ਇੰਨੇ ਸ਼ਬਦਾਂ ਦੇ ਨਾਲ ਖਿਮਾ ਜਾਂਚਨਾ ਇਹ ਗੁਰਪ੍ਰੀਤ ਸਿੰਘ ਜੀ ਦਾ ਸੰਜੀਵਰ ਜੀ ਦਾ ਇੱਕ ਵਾਰ ਫੇਰ ਧੰਨਵਾਦ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸੰਗਤ ਟੀਵੀ ਨਾਲ ਜੁੜ ਮਿਲੋ ਬੈਠੇ ਹੋ ਇਦਾਂ ਹੀ ਜੁੜੇ ਰਹੋ ਤੇ ਆਪਣੇ ਆਲੇ ਦੁਆਲੇ ਨੂੰ ਵੀ ਜੁੜਿਓ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ